ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਇੱਕ ਬਹੁਤ ਡੂੰਘੀ ਗੱਲ ਕਰਾਂਗੇ। ਪੰਜਾਬ 'ਚ ਨਸ਼ਿਆਂ ਦੀ ਪ੍ਰੋਬਲਮ ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਇਹ ਹਾਲਾਤ ਕਿਉਂ ਅਤੇ ਕਿਵੇਂ ਬਣੇ। ਸਾਡੇ ਨੌਜਵਾਨਾਂ ਨੂੰ ਨਸ਼ਿਆਂ 'ਚ ਧੱਕਣ ਲਈ ਕੌਣ ਜ਼ਿੰਮੇਵਾਰ ਹੈ, ਇਸ ਮਸਲੇ 'ਤੇ ਆਪਾਂ ਅੱਜ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਰੋਜ਼ ਵਾਂਗੂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਵਜੇ ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ ਅਤੇ ਇਹਦੇ 'ਚ ਹਿੱਸਾ ਲੈ ਸਕਦੇ ਜੇ, ਆਪਣੇ ਸੁਝਾਅ ਜਿਹੜੇ ਆ ਉਹ ਵੀ ਸਾਂਝੇ ਕਰ ਸਕਦੇ ਜੇ। ਅਮੈਰੀਕਾ 'ਚ ਗਲੋਬਲ ਪੰਜਾਬ ਡਿਸ਼ ਪਲੈਟਫਾਰਮ ਉੱਪਰ ਉਪਲਬਧ ਨਹੀਂ ਹੈ। ਗਲੋਬਲ ਪੰਜਾਬ ਅਤੇ ਇਹ ਸ਼ੋਅ ਹੈਲੋ ਗਲੋਬਲ ਪੰਜਾਬ ਹੁਣ ਜਾਦੂ ਟੀਵੀ ਉੱਪਰ ਉਪਲਬਧ ਨੇ, ਉੱਥੇ ਇਹ ਦੇਖੇ ਜਾ ਸਕਦੇ ਆ। ਇਸ ਦੇ ਨਾਲ ਨਾਲ ਤੁਸੀਂ ਗਲੋਬਲ ਪੰਜਾਬ ਦੇ ਫੇਸਬੁੱਕ ਪੇਜ 'ਤੇ ਵੀ ਇਸ ਨੂੰ ਲਾਈਵ ਦੇਖ ਸਕਦੇ ਹੋ ਅਤੇ ਆਪਣੇ ਕਮੈਂਟਸ ਪੋਸਟ ਕਰ ਸਕਦੇ ਹੋ। ਅਸੀਂ ਇਹ ਕਮੈਂਟਸ ਲਗਾਤਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਕੈਨੇਡਾ 'ਚ ਚੈਨਲ ਪੰਜਾਬੀ ਉੱਪਰ ਹੈਲੋ ਗਲੋਬਲ ਪੰਜਾਬ ਸ਼ੋਅ ਜਿਹੜਾ ਵਾ ਉੱਥੇ ਦੇਖਿਆ ਜਾ ਸਕਦਾ ਵਾ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਜਿਹੜਾ ਵਾ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਵਾ। ਸੋ ਅੱਜ ਆਪਾਂ ਨਸ਼ਿਆਂ ਦੀ ਗੱਲ ਕਰਨੀ ਹੈ। ਪੰਜਾਬ ਸਰਕਾਰ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ, ਇੱਕ ਗੱਲ ਕਰੀਬ ਕਰੀਬ ਸਪਸ਼ਟ ਹੈ, ਉਹ ਇਹ ਕਿ ਪੰਜਾਬ 'ਚ ਨਸ਼ਿਆਂ ਦੀ ਪ੍ਰੋਬਲਮ ਇੱਕ ਬਹੁਤ ਗੰਭੀਰ ਰੂਪ ਲੈ ਚੁੱਕੀ ਆ। ਪਿੱਛੇ ਜੇ ਮੈਂ ਫਿਲਮ ਉੜਤਾ ਪੰਜਾਬ ਦੇਖਣ ਗਿਆ ਸੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਮਸ਼ਹੂਰੀਆਂ ਯਾਨੀ ਜਦੋਂ ਐਡਵਰਟਾਈਜ਼ਮੈਂਟਸ ਆਉਂਦੀਆਂ ਵਾਂ, ਟ੍ਰੇਲਰਸ ਆਉਂਦੇ ਆ, ਉਸ 'ਚ 3-4 ਅਹਿਮ ਸ਼ਖਸੀਅਤਾਂ ਨੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਅਤੇ ਪੰਜਾਬ 'ਚ ਨਸ਼ਿਆਂ ਦਾ ਮਸਲਾ ਕੋਈ ਵੱਡਾ ਮਸਲਾ ਨਹੀਂ। ਉਸ ਤੋਂ ਬਾਅਦ ਜੋ ਅਸੀਂ ਫਿਲਮ 'ਚ ਦੇਖਿਆ ਉਸਨੇ ਸਾਰੇ ਸ਼ੱਕ ਜਿਹੜੇ ਆ ਦੂਰ ਕਰ ਦਿੱਤੇ। ਇਹ ਠੀਕ ਹੈ ਕਿ ਫਿਲਮ ਵਿੱਚ ਇੰਨੇ ਜਿਹੜੇ ਗਾਲੀ ਗਲੋਚ ਸ਼ਬਦ ਦੀ ਇਸਤੇਮਾਲ ਕਰਨ ਦੀ ਕੋਈ ਲੋੜ ਨਹੀਂ ਸੀ, ਪਰ ਫਿਰ ਵੀ ਜੋ ਇਸ ਵਿੱਚ ਦਿਖਾਇਆ ਗਿਆ ਉਹ ਅਸਲੀਅਤ ਦੇ ਕਾਫੀ ਨਜ਼ਦੀਕ ਆ। ਆਪਾਂ ਸਾਰੇ ਇੱਥੇ ਰਹਿੰਦੇ ਹਾਂ, ਆਪਾਂ ਇੱਥੇ ਆਉਂਦੇ ਰਹਿੰਦੇ ਹਾਂ, ਜਿਹੜੇ ਰਹਿੰਦੇ ਨਹੀਂ ਬਾਹਰੋਂ ਆਉਂਦੇ ਵੀ ਰਹਿੰਦੇ ਜੇ ਤੁਸੀਂ ਸਾਰੇ, ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦੀ ਪ੍ਰੋਬਲਮ ਕਿੰਨੀ ਕੁ ਗੰਭੀਰ ਆ। ਹਰ ਪਿੰਡ ਜਿਹੜਾ ਵਾ ਕਰੀਬ ਹਰ ਪਿੰਡ ਜਿਹੜਾ ਵਾ ਉਹ ਇਹਦਾ ਸ਼ਿਕਾਰ ਹੋਇਆ ਵਾ, ਕੁਝ ਪਿੰਡ ਜਿਹੜੇ ਆ ਉਹ ਬਰਬਾਦੀ ਦੀ ਕਗਾਰ 'ਤੇ ਪਹੁੰਚੇ ਆ। ਪਰ ਇਹਦਾ ਇੱਕ ਪਹਿਲੂ ਆ, ਚਿੰਤਾ ਦੀ ਗੱਲ ਤਾਂ ਇਹ ਕਿ ਅੱਜ ਕੱਲ੍ਹ ਦਾ ਨੌਜਵਾਨ ਵਰਗ ਨਸ਼ਿਆਂ ਦੀ ਦਲਦਲ 'ਚ ਕਿਉਂ ਅਤੇ ਕਿਵੇਂ ਫਸ ਰਿਹਾ ਵਾ। ਇਹਦਾ ਮੁੱਖ ਕਾਰਨ ਪੰਜਾਬ 'ਚ ਵੱਧ ਰਹੀ ਬੇਰੁਜ਼ਗਾਰੀ ਹੈ। ਰਾਜ ਵਿੱਚ ਕਿੰਨੇ ਬੇਰੁਜ਼ਗਾਰ ਨੇ ਇਹਦੀ ਕੋਈ ਗਿਣਤੀ ਨਹੀਂ। ਲਾਸਟ ਸਰਵੇ ਜਿਹੜਾ ਵਾ ਉਹ 1998 'ਚ ਹੋਇਆ ਸੀ, ਉਸ ਵੇਲੇ ਬੇਰੁਜ਼ਗਾਰਾਂ ਦੀ ਗਿਣਤੀ ਕਰੀਬ, ਅਨਇੰਪਲੋਇਡ ਯੂਥ ਦੀ ਗਿਣਤੀ ਕਰੀਬ 15 ਲੱਖ ਸੀ, 14 ਲੱਖ ਕੁਝ ਹਜ਼ਾਰ। ਹੁਣ ਇਹ ਨੰਬਰ ਕਿਤੇ ਜ਼ਿਆਦਾ ਹੋਵੇਗਾ, ਇਹਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਹਾਂ ਕਿ ਪਿੱਛੇ ਜੇ ਪੰਜਾਬ ਸਰਕਾਰ ਨੇ 7,000 ਪੁਲਿਸ ਕਰਮੀਆਂ ਦੀ ਭਰਤੀ ਦੇ ਵਾਸਤੇ ਇਸ਼ਤਿਹਾਰ ਦਿੱਤਾ ਔਰ 7,000 ਵਾਸਤੇ 6 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਪੰਜਾਬ 'ਚ ਬੇਰੁਜ਼ਗਾਰੀ ਦੀ ਗਿਣਤੀ ਹੋਰ ਵੀ ਕਿਤੇ ਜ਼ਿਆਦਾ ਹੋਣੀ ਸੀ ਜੇ ਲੋਕਾਂ ਨੂੰ ਬਾਹਰ ਜਾਣ ਦੇ ਸਾਧਨ ਪ੍ਰਾਪਤ ਨਾ ਹੁੰਦੇ। ਬੇਰੁਜ਼ਗਾਰੀ ਵਧਣ ਕਰਕੇ ਬੜੀ ਵੱਡੀ ਸਮੱਸਿਆ ਵਾ ਔਰ ਇਹਦੇ ਕਈ ਕਾਰਨ ਆ। ਇੱਕ ਤਾਂ ਇਹ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਨੌਕਰੀਆਂ ਦੀ ਭਰਤੀ ਹੀ ਨਹੀਂ ਹੋਈ, ਦੂਜਾ ਸਾਡੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਸਹੀ ਮਾਰਤਾ ਦੇ ਕੇ ਨੌਕਰੀਆਂ ਦੇ ਯੋਗ ਹੀ ਨਹੀਂ ਬਣਾਇਆ। ਪਹਿਲਾਂ ਨੌਕਰੀਆਂ ਨਹੀਂ ਦਿੱਤੀਆਂ, ਬਾਹਰ ਕੋਸ਼ਿਸ਼ ਕਰਨ ਉਹ ਅਤੇ ਉਹਨਾਂ ਵਾਸਤੇ ਉਹ ਯੋਗ ਨਹੀਂ। ਪੰਜਾਬ ਦਾ ਯੂਥ ਇੰਪਲੋਇਬਲ ਹੀ ਨਹੀਂ ਆ, ਉਹਦੇ 'ਚ ਉਹ ਕਾਬਲੀਅਤ ਹੀ ਅਸੀਂ ਨਹੀਂ ਪੈਦਾ ਕੀਤੀ ਜਿਹਦੇ ਨਾਲ ਉਹ ਬਾਹਰ ਜਾ ਕੇ ਨੌਕਰੀਆਂ ਲੈ ਸਕਣ। ਕੁਝ ਲੋਕਾਂ ਨੂੰ ਨੌਕਰੀਆਂ ਮਿਲੀਆਂ ਵਾਂ, ਕੁਝ ਨੇ ਆਪਣੀ ਮਿਹਨਤ ਦੇ ਸਦਕੇ ਇਹ ਨੌਕਰੀਆਂ ਲਈਆਂ, ਪਰ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਹੋਈ। ਅਸੀਂ ਥਾਂ ਥਾਂ ITI ਜਾਂ ਸਕਿੱਲ ਸੈਂਟਰ ਤਾਂ ਖੋਲ੍ਹੇ ਨੇ, ਪਰ ਸਿਰਫ ਇਹ ਨਾਂ ਦੇ ਸਕਿੱਲ ਸੈਂਟਰ ਹੈ, ਇਹਨਾਂ ਨੂੰ ਇਨਫੈਕਟ ਅਸੀਂ ਬਦਨਾਮ ਕਰਤਾ। ਸੋ ਨੌਜਵਾਨਾਂ ਦਾ ਵਿਹਲੜਪੁਣਾ ਵੀ ਕਾਫੀ ਹੱਦ ਤੱਕ ਨਸ਼ਿਆਂ ਲਈ ਜ਼ਿੰਮੇਵਾਰ ਹੈ। ਨੌਜਵਾਨਾਂ 'ਚ ਬੇਚੈਨੀ ਦਾ ਇੱਕ ਹੋਰ ਕਾਰਨ, ਵੱਡਾ ਕਾਰਨ ਇਹ ਹੈ ਕਿ ਪੰਜਾਬ 'ਚ ਸਿੱਖਿਆ ਦਾ ਮਿਆਰ ਜਿਹੜਾ ਵਾ ਉਹ ਇਸ ਵੇਲੇ ਟੈਟੇਰੀ ਹੋ ਚੁੱਕਾ ਵਾ। ਸਕੂਲੀ ਸਿੱਖਿਆ ਬਿਲਕੁਲ ਨਾ ਮਾਤਰ ਹੈ, ਇਸ ਗੱਲ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਰੀਬ 1,25,000 ਅਧਿਆਪਕਾਂ ਦੀਆਂ ਜਿਹੜੀਆਂ ਅਸਾਮੀਆਂ ਵਾ ਉਹਦੇ 'ਚੋਂ ਕਰੀਬ 30,000 ਅਸਾਮੀਆਂ ਜਿਹੜੀਆਂ ਵਾ ਉਹ ਖਾਲੀ ਪਈਆਂ। ਪ੍ਰਾਇਮਰੀ ਸਕੂਲ ਯਾਨੀ ਜਿਹੜੇ 5ਵੀਂ ਤੱਕ ਦੇ ਸਕੂਲ ਨੇ ਜਿਹੜੇ ਸਿੱਖਿਆ ਦੇ ਇੱਕ ਤਰੀਕੇ ਨਾਲ ਮੋਢੀ ਹੁੰਦੇ, ਉੱਥੇ ਬੇਸ ਬਣਦਾ ਵਾ, ਉਹਨਾਂ 'ਚ 40,000 ਟੀਚਰਸ ਵਿੱਚੋਂ ਕਰੀਬ 10-12,000 ਤੋਂ ਵੱਧ ਖਾਲੀ ਆ। ਜੇ ਪ੍ਰਾਇਮਰੀ ਸਿੱਖਿਆ ਸਹੀ ਨਾ ਮਿਲੀ ਤਾਂ ਕਿਸੇ ਨੇ ਅੱਗੇ ਕੀ ਪੜ੍ਹਨਾ।
ਇਸ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਆ ਨਾ ਸਹੀ ਅੰਗਰੇਜ਼ੀ ਅਤੇ ਨਾ ਪੰਜਾਬੀ ਜਾਂ ਕੋਈ ਹੋਰ ਜ਼ਬਾਨ ਬੋਲ ਜਾਂ ਲਿਖ ਸਕਦਾ। ਸਾਇੰਸ ਅਤੇ ਮੈਥ ਦੇ ਵਿੱਚ ਉਹ ਬਹੁਤ ਕਮਜ਼ੋਰ ਆ ਔਰ ਸਾਇੰਸ ਔਰ ਮੈਥਸ ਹਰ ਕੰਮ ਵਾਸਤੇ ਜ਼ਰੂਰੀ ਆ। ਕੰਪਿਊਟਰ ਐਜੂਕੇਸ਼ਨ ਨਾਂ ਦੀ ਕੋਈ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ ਬਹੁਤੇ ਸਕੂਲਾਂ ਦੇ ਵਿੱਚ, ਬਹੁਤੇ ਬੱਚੇ ਜਿਹੜੇ ਆ ਉਹ ਕੰਪਿਊਟਰ ਨੂੰ ਵੇਖ ਕੇ ਡਰਦੇ ਆ। ਇਹੋ ਜਿਹੇ ਨੌਜਵਾਨ ਨੂੰ ਨੌਕਰੀ ਕਿਵੇਂ ਮਿਲ ਸਕਦੀ ਹੈ ਅਤੇ ਜੇ ਨੌਕਰੀ ਨਾ ਮਿਲੇ ਤਾਂ ਉਹ ਕੀ ਕਰੇ? ਇਹ ਸਹੀ ਹੈ ਕਿ ਹਰ ਇਨਸਾਨ ਆਪਣੀ ਸਿਹਤ ਲਈ ਆਪ ਜ਼ਿੰਮੇਵਾਰ ਹੁੰਦਾ ਵਾ। ਜੇ ਅੱਜ ਨੌਜਵਾਨ ਨਸ਼ੇ ਕਰਦੇ ਹਾਂ ਤਾਂ ਉਸ ਲਈ ਉਹ ਜਾਂ ਉਹਨਾਂ ਦੇ ਪਰਿਵਾਰ ਜ਼ਰੂਰ ਜ਼ਿੰਮੇਵਾਰ ਨੇ, ਪਰ ਕੀ ਸਰਕਾਰਾਂ ਦੀ ਨਸ਼ੇ ਸਰਕਾਰਾਂ ਨੌਜਵਾਨਾਂ ਨੂੰ ਨਸ਼ਿਆਂ 'ਚ ਪਾਉਣ ਲਈ ਜਾਂ ਨਸ਼ਿਆਂ ਵੱਲ ਧੱਕਣ ਵਾਸਤੇ ਜ਼ਿੰਮੇਵਾਰ ਨਹੀਂ? ਕੀ ਸਰਕਾਰਾਂ ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾ ਰਹੀਆਂ ਵਾ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹਵਾਂਗੇ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਿਆ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਧੂ ਸਾਹਿਬ, ਗੁਰਫਤਿਹ ਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ, ਨਿਊਯਾਰਕ ਤੋਂ। ਹਾਂਜੀ ਹਾਂਜੀ, ਪ੍ਰੇਮਪੁਰਾ ਜੀ। ਸੰਧੂ ਸਾਹਿਬ, ਡਿਸ਼ ਦੇ ਨਹੀਂ ਹੋਇਆ ਕੰਮ ਤੁਹਾਡਾ, ਬਾਦਲ ਕਿਆ ਤੁਹਾਡਾ ਫੇਰ ਤੇ ਨਹੀਂ ਦਿੱਤਾ ਇੱਥੇ ਕਿਹੜੇ? ਨਹੀਂ, ਉਹ ਸਾਡਾ ਨਾ ਕੰਟਰੈਕਟ ਖਤਮ ਹੋ ਗਿਆ ਜੀ ਉਹਨਾਂ ਨਾਲ, ਸੋ ਕੰਟਰੈਕਟ ਰਿਨਿਊ ਨਹੀਂ ਹੋਇਆ। ਮੈਨੂੰ ਦੇ ਖਤਰਾ ਸੀ, ਮੈਂ ਕਿਹਾ ਬਾਦਲ ਕਰਦਾ ਕੰਮ ਤੁਹਾਡੇ ਫਿਰ। ਨਹੀਂ, ਉਹ ਕੰਟਰੈਕਟ ਰਿਨਿਊ ਨਹੀਂ ਹੋਇਆ, ਕਿਉਂ ਨਹੀਂ ਹੋਇਆ ਮੈਨੂੰ ਇਹਦੀ ਪੂਰੀ ਜਾਣਕਾਰੀ ਤਾਂ ਨਹੀਂ ਹੈ, ਲੇਕਿਨ ਅਸੀਂ ਜਾਦੂ ਟੀਵੀ 'ਤੇ ਅਵੇਲੇਬਲ ਹਾਂ ਅਤੇ ਫੇਸਬੁੱਕ 'ਤੇ ਵੀ ਅਵੇਲੇਬਲ ਹਾਂ ਜੀ, ਹੋਰ ਵੀ ਇੰਤਜ਼ਾਮ ਕਰ ਰਹੇ ਹਾਂ। ਪਰ ਸਾਨੂੰ ਫਿਕਰ ਅਤੇ ਬਾਕੀ ਇਹ ਜਿਹੜਾ ਨਸ਼ਿਆਂ ਦਾ ਤੁਸੀਂ ਪੁੱਛ ਰਹੇ ਹੋ ਕੁਐਸਚਨ, ਹਾਂਜੀ ਹਾਂਜੀ ਹਾਂਜੀ, ਇਹ ਨਸ਼ੇ ਪੁਲਿਸ ਡਿਪਾਰਟਮੈਂਟ ਅਤੇ ਗੌਰਮੈਂਟ ਦੀ ਸ਼ਹਿ ਤੋਂ ਬਗੈਰ ਇਹ ਤੁਸੀਂ ਇੱਕ ਗੋਲੀ ਨਹੀਂ ਵੇਚ ਸਕਦੇ ਜੀ, ਬਿਲਕੁਲ ਸਹੀ ਕਿਹਾ, ਪੈਗ ਨਹੀਂ ਵੇਚ ਸਕਦੇ ਇਹ। ਪੁਲਿਸ ਡਿਪਾਰਟਮੈਂਟ ਅਤੇ ਗੌਰਮੈਂਟ ਜੇ ਚਾਹੇ ਜੀ ਇੱਕ ਇੱਕ ਪੈਗ ਵੀ ਨਹੀਂ ਨਜਾਇਜ਼ ਤੁਸੀਂ ਵੇਚ ਸਕਦੇ। ਪਿੰਡਾਂ ਦੇ ਵਿੱਚ ਕੋਈ ਇੱਕ ਬੋਤਲ ਕੱਢੇ ਤੇ ਉਹ ਸਾਰਾ ਟੱਬਰ ਚੁੱਕ ਲਿਆਂਦੇ, ਤੇ ਇੰਨਾ ਵੱਡਾ ਨਸ਼ਾ ਟਰੱਕਾਂ ਦੇ ਹਿਸਾਬ ਨਾਲ ਤੇ ਵਿਕ ਰਿਹਾ ਜਿਹੜਾ ਛੁੱਟੀ ਦਾ ਘਰ ਘਰ ਪੁੱਛ ਪਹੁੰਚ ਰਿਹਾ ਜੀ, ਇਹ ਪੁਲਿਸ ਡਿਪਾਰਟਮੈਂਟ ਦੇ ਗੌਰਮੈਂਟ ਦੀ ਸ਼ਹਿਰ ਤੋਂ ਬਗੈਰ ਸਰ ਜੀ ਕੁਛ ਨਹੀਂ ਹੋ ਸਕਦਾ। ਜੇ ਚਾਹਣ ਤੇ ਸਾਰਾ ਕੁਛ ਸੈੱਟ ਹੋ ਸਕਦਾ ਜੀ ਜੀ। ਹਾਂ, ਇਹ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਤੇ ਇਹਨਾਂ ਦੀ ਨਗੈਲੀ ਨਾਲ ਇਹ ਪਰਵਾਹ ਨਹੀਂ ਕਰਦੇ, ਆਪਣੇ ਪਰਿਵਾਰ ਇਹਨਾਂ ਦੇ ਠੀਕ ਨੇ, ਬਾਕੀ ਪਬਲਿਕ ਤੇ ਇਹਨਾਂ ਨੂੰ ਦੁੱਖ ਪੋਣੀ। ਪ੍ਰੇਮਪੁਰਾ ਜੀ, ਹੁਣੇ ਸਾਡੇ ਨਾਲ ਫੇਸਬੁੱਕ 'ਤੇ ਜੀਤ ਸਿੰਘ ਜਵੰਦਾ ਜੁੜੇ ਆ, ਉਹ ਕਹਿੰਦੇ ਆ ਅਸੀਂ ਆਪ ਹੀ ਖੁਦ ਜ਼ਿੰਮੇਵਾਰ ਹਾਂ ਕੁਝ ਹੱਦ ਤੱਕ ਨਸ਼ਿਆਂ ਵਾਸਤੇ। ਤੁਹਾਨੂੰ ਕੀ ਲੱਗਦਾ? ਨਹੀਂ, ਜੇ ਮਿਲੇ ਨਾ ਮਾਰਕੀਟ ਵਿੱਚੋਂ ਤਾਂ ਆਪ ਤੁਸੀਂ ਕਿੱਥੋਂ ਖਾ ਲਓਗੇ? ਦਰੱਖਤਾਂ ਨਾਲ ਤਾਂ ਨਸ਼ਾ ਲੱਗਦਾ ਨਹੀਂ। ਇਹੀ ਗੱਲ ਸਹੀ ਆ ਕਿ ਜੇ ਮਿਲੇ ਨਾ ਤਾਂ ਨਸ਼ੇ ਕਿੱਥੋਂ ਕੋਈ ਲੈ ਲੂਗਾ? ਕੋਈ ਦਰੱਖਤਾਂ ਦੇ ਨਾਲ ਤਾਂ ਲੱਗਦੇ ਨਹੀਂ ਗੇ, ਲਾਉਣੇ ਪੈਂਦੇ ਆ। ਇਹ ਸਹੀ ਗੱਲ ਆ ਜੀ, ਇਹ ਬਣਾਉਂਦੇ ਨੇ ਮਾਰਕੀਟ ਪੈਸੇ ਬਣਾਉਣ ਵਾਸਤੇ, ਕਿਸੇ ਨੂੰ ਇੱਕ ਵਾਰੀ ਫ੍ਰੀ ਖਵਾ ਦੇ ਦੂਸਰੀ ਵਾਰੀ ਆਪ ਖਾਏਗਾ ਜੀ ਜੀ। ਕੋਈ ਹੋਰ ਵੀ ਗੱਲ ਕਰਨੀ ਪ੍ਰੇਮਪੁਰਾ ਜੀ? ਹਾਂਜੀ ਹਾਂਜੀ, ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਬੜੀ ਪਿਆਰ ਵਾਲੀ ਗੱਲ ਦੱਸੋ। ਜਿਹੜੀ ਇਹ ਅਕਾਲੀ ਦਲ ਬਣਿਆ ਸੀ ਨਾ ਬੜੀਆਂ ਕੁਰਬਾਨੀਆਂ ਨਾਲ ਜੀ, 1925 ਚ ਸ਼੍ਰੋਮਣੀ ਕਮੇਟੀ ਹੋਂਦ ਚ ਆਈ, ਓਕੇ, ਬਹੁਤ ਖੂਨ ਡੋਲ ਕੇ, ਤੇ ਇਹਨਾਂ ਨੂੰ ਪਰਮਾਤਮਾ ਨੇ ਕਿਉਂ ਨਿਸ਼ਾਨ ਵੀ ਤਕੜੀ ਦਾ ਦਿੱਤਾ, ਤਕੜੀ ਸੀ ਬਾਬੇ ਨਾਨਕ ਵਾਲੀ 13-13 ਤੋਲਣ ਵਾਲੀ ਜੀ। ਜਿਹੜੀ ਸ਼੍ਰੋਮਣੀ ਕਮੇਟੀ ਦਾ ਬਜਟ ਸੀ ਉਹ ਗੁਰੂ ਦੀ ਗੋਲਕ ਗਰੀਬਾਂ ਵਾਸਤੇ ਬਣਨੀ ਚਾਹੀਦੀ ਸੀ, ਗਰੀਬਾਂ ਨੂੰ ਐਜੂਕੇਸ਼ਨ ਮਿਲਦੀ, ਜਿਹਨਾਂ ਕੋਲ ਘਰ ਨਹੀਂ ਉਹਨਾਂ ਨੂੰ ਘਰ ਮਿਲਦੇ। ਇਹਨਾਂ ਕੋਲ ਦੋ ਬਜਟ ਨੇ, ਇੱਕ ਸ਼੍ਰੋਮਣੀ ਕਮੇਟੀ ਦਾ, ਇੱਕ ਪੰਜਾਬ ਗੌਰਮੈਂਟ ਦਾ। ਇਹਨਾਂ ਬਾਬੇ ਨਾਨਕ ਦੀ ਤਕੜੀ ਦੇ ਦੋਵੇਂ ਛਾਬੇ ਆਪਣੇ ਘਰ ਨੂੰ ਲਾ ਲੈਣ, ਪਬਲਿਕ ਕਿੱਧਰ ਜਾਏਗੀ? ਬਿਲਕੁਲ ਬਿਲਕੁਲ ਸਹੀ ਕਿਹਾ ਜੀ, ਜੋ ਜੋ ਇਹਨਾਂ ਨੂੰ ਆਪਣੇ ਕਰਨਾ ਚਾਹੀਦਾ ਸੀ, ਜਿਸ ਤਰੀਕੇ ਨਾਲ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ। ਬਹੁਤ ਬਹੁਤ ਧੰਨਵਾਦ, ਧੰਨਵਾਦ, ਬੜਾ ਕੁਝ ਦਿੱਤਾ, ਮਾਇਆ ਦਾ ਕੋਈ ਘਾਟਾ ਨਹੀਂ, ਮਿਹਰਬਾਨੀ ਗੁਰੂ ਦੇ ਘਰ 'ਚ, ਮਿਹਰਬਾਨੀ ਮਿਹਰਬਾਨੀ। ਪ੍ਰੇਮਪੁਰਾ ਜੀ, ਅਗਲੀ ਕਾਲ ਵੱਲ ਵੱਧਦੇ, ਅਗਲੇ ਕਾਲਰ ਵੱਲ ਵੱਧਦੇ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ, ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸੁਖਵੀਰ ਇਕਬਾਲ ਬੋਲ ਰਿਹਾ। ਹਾਂਜੀ ਹਾਂਜੀ ਇਕਬਾਲ ਜੀ, ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਹੁਣੇ ਮੈਂਸ਼ਨ ਕੀਤਾ, ਸਭ ਤੋਂ ਪਹਿਲਾਂ ਤਾਂ ਹੈਗਾ ਕਿ ਆਪਣੇ ਆਪ ਹੀ ਜਿਹੜੇ ਡਰੱਗਸ ਕਰਦੇ ਨੇ ਉਹ ਜ਼ਿੰਮੇਵਾਰ ਹੁੰਦੇ ਨੇ ਜੀ, ਸਭ ਤੋਂ ਜ਼ਿਆਦਾ ਤਾਂ ਉਹਨਾਂ ਦਾ ਹੀ ਕੰਟਰੀਬਿਊਸ਼ਨ ਹੁੰਦਾ ਹੈ, ਰਾਈਟ। ਪਰ ਇਹ ਤੋਂ ਵੀ ਜਿਹੜੇ ਬਾਕੀਆਂ ਦੇ ਜੇ ਦੇਖਿਆ ਜਾਏ, ਸਭ ਤੋਂ ਜ਼ਿਆਦਾ ਇਹਦੇ ਵਿੱਚ ਜ਼ਿੰਮੇਵਾਰੀ ਜਾਂ ਕੰਟਰੀਬਿਊਸ਼ਨ ਹੈਗੀ ਆ ਡਰੱਗ ਮਾਫੀਆ ਦੀ, ਰਾਈਟ। ਡਰੱਗ ਮਾਫੀਆ ਜਾਂ ਕੋਈ ਵੀ ਮਾਫੀਆ ਹੋਏ ਉਹਦਾ ਕੋਈ ਧਰਮ ਮਾਨ ਨਹੀਂ ਹੁੰਦਾ, ਉਹਦਾ ਕੋਈ ਪੋਲੀਟੀਕਲ ਐਫੀਲੀਏਸ਼ਨ ਨਹੀਂ ਹੁੰਦਾ, ਇੰਨਾ ਜ਼ਰੂਰ ਹੈ ਕਿ ਪੋਲੀਟੀਸ਼ੀਅਨ ਉਹਨਾਂ ਦੀ ਪੋਕਟਾਂ ਵਿੱਚ ਹੁੰਦੇ ਅਤੇ ਉਹ ਪੋਲੀਟੀਸ਼ਨਾਂ ਦੇ ਨਾਲ ਹੈਂਡਸ ਐਂਡ ਗਲੋਵਸ ਹੁੰਦੇ ਆ, ਰਾਈਟ। ਕਈ ਹੈਗਾ ਕਿ ਲੈਫਟ ਪੋਕਟ ਦੇ ਵਿੱਚ ਪੋਲੀਟੀਸ਼ੀਅਨ ਆ ਅਤੇ ਉਹ ਵੀ ਰਾਈਟ ਪੋਕਟ ਦੇ ਵਿੱਚ ਡਰੱਗ ਮਾਫੀਆ ਵਾਲਾ ਬੈਠਾ ਹੈਗਾ ਆ, ਸੇਮ ਬੰਦੇ ਹੁੰਦੇ ਆ, ਅਤੇ ਇਹ ਤਾਂ ਜਿਹੜਾ ਕੰਪਲੀਕੇਟਡ ਇਸ਼ੂ ਹੈਗਾ ਆ ਜੀ, ਅਤੇ ਇਹ ਚੱਲਦਾ ਤਾਂ ਚੱਲਦਾ ਰਹਿਣਾ,
ਜਦ ਹੈਗਾ ਕਿ ਇਹਨੂੰ ਐਡਮਿਨਿਸਟ੍ਰੇਸ਼ਨ ਜਿਹੜੇ ਹੈਗੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਇਹਨੂੰ ਰਿਡਿਊਸ ਕਰਨ ਦੀ, ਕੋਸ਼ਿਸ਼ ਕਰੇ ਕੰਟਰੋਲ ਕਰਨ ਦੀ, ਐਲੀਮੀਨੇਟ ਤਾਂ ਨਹੀਂ ਹੋ ਸਕਦਾ ਕਦੇ ਵੀ। ਓਕੇ, ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਰਿਡਿਊਸ ਕਰ ਸਕਦੀ ਹੈ। ਦੂਜਾ ਮੈਂ ਇੱਕ ਟੱਚ ਕਰਾਂਗਾ ਜਿਹੜਾ ਦੋਸਤ ਦਿਨ ਪਹਿਲਾਂ ਮੁੱਦਾ ਡਿਸਕਸ ਕੀਤਾ ਸੀ ਜੀ ਕਿ ਐਨ ਆਰ ਆਈ ਦੀ ਕਾਮਯਾਬੀ ਦਾ ਕੀ ਰਾਜ਼ ਆ। ਓਕੇ, ਅਤੇ ਉਹਦੇ ਵਿੱਚ ਮੈਂ ਦੋ ਤਿੰਨ ਛੋਟੇ ਛੋਟੇ ਦੱਸਾਂਗਾ। ਇੱਕ ਤਾਂ ਹੈਗਾ ਕਿ ਇੱਕ ਵਾਰ ਨਿਊਯੋਰਕ ਦੇ ਵਿੱਚ ਇੱਕ ਟੈਕਸੀ 'ਚ ਪੈਸੈਂਜਰ ਬੈਠਾ ਸੀ, ਉਹ ਕਹਿੰਦਾ ਕਹਿੰਦਾ ਕਰਨਲ ਸਾਹਿਬ ਅਗਲੇ ਮੋੜ ਤੋਂ ਤੁਸੀਂ ਸੱਜੇ ਨੂੰ ਸੱਜੇ ਹੱਥ ਘੁਮਾ ਲੈਣਾ। ਤੁਸੀਂ ਸਮਝ ਲਿਆ ਕਿ ਇਹਦਾ ਡਿਟੇਲ ਕੀ ਆ? ਤਾਂ ਇਹ ਜਿਹੜਾ ਇੰਡੀਆ 'ਚ, ਇੰਡੀਆ 'ਚ ਨਹੀਂ ਹੋ ਸਕਦਾ, ਇੱਥੇ ਅਮਰੀਕਾ ਵਿੱਚ ਹੀ ਹੈਗਾ ਆ। ਓਕੇ, ਅਤੇ ਦੂਜਾ ਹੈਗਾ ਕਿ ਤੁਹਾਨੂੰ ਯਾਦ ਹੋਏਗਾ ਕਿ ਇੱਕ ਆਪਣਾ ਨਵਾਂ ਨਵਾਂ ਜਵਾਨ ਮੁੰਡਾ ਹੁੰਦਾ ਸੀਗਾ ਉਹ ਤੁਕਤਾਂ ਵਾਲੇ ਖੂਹ 'ਤੇ। ਓਕੇ, ਉਹ ਜਿਹੜਾ ਹੈਗਾ ਕਿ ਫਿਰ ਉਹ ਸਰਕਮਸਟੈਂਸਿਸ ਐਸੇ ਬਣੇ ਕਿ ਉਹਨੂੰ ਉੱਥੋਂ ਛੱਡ ਕੇ ਭੱਜ ਕੇ ਇਸ ਕਿਸਮ ਦਾ ਆ ਕੇ ਇੰਗਲੈਂਡ ਵਿੱਚ ਰਹਿਣ ਲੱਗ ਪਿਆ। ਓਕੇ, ਹੁਣ ਉਹਦੀ ਲਾਸਟ ਐਲਬਮ ਹੈਗੀ ਹੈ ਪੰਜਾਬੀ ਆ, ਪੰਜਾਬੀ ਉਹ ਤੁਸੀਂ ਇੱਦਾਂ ਹੀ ਵਸਦੇ ਰਹੋ। ਓਕੇ ਓਕੇ, ਅਤੇ ਇੱਕ ਮਿਹਰਬਾਨੀ ਮਿਹਰਬਾਨੀ ਅਥਵਾਲ ਜੀ, ਇਹ ਅਸੀਂ ਇਸ਼ੂ ਕੋਈ ਦੋ ਦਿਨ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਪੰਜਾਬੀਆਂ ਦੀ ਕਾਮਯਾਬੀ ਦਾ ਰਾਜ਼ ਕੀ ਆ। ਬਹੁਤ ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਦੂਜੀ ਗੱਲ ਅਥਵਾਲ ਸਾਹਿਬ ਨੇ ਕਹੀ ਆ ਕਿ ਜੇ ਸਰਕਾਰਾਂ ਚਾਹੁਣ ਤਾਂ ਇਹ ਨਸ਼ਿਆਂ ਦਾ ਜਿਹੜਾ ਦੀ ਵਰਤੋਂ ਜਿਹੜੀ ਆ ਇਹ ਘੱਟ ਕਾਫੀ ਹੋ ਸਕਦੀ ਹੈ। ਮੀਨਵਾਈਲ ਅਮਰਜੀਤ ਸ਼ੋਕਰ ਵੀ ਸਾਡੇ ਨਾਲ ਫੇਸਬੁੱਕ 'ਤੇ ਇਸ ਵੇਲੇ ਜੁੜੇ ਆ, ਉਹ ਵੀ ਇਨਫੈਕਟ ਇਸ ਮਸਲੇ 'ਤੇ ਕਹਿ ਰਿਹਾ ਵੀ ਇਹ ਕੌੜਾ ਸੱਚ ਆ ਵੀ ਇਸ ਵੇਲੇ ਨਸ਼ਿਆਂ ਦੀ ਪ੍ਰੋਬਲਮ ਬੜੀ ਗੰਭੀਰ ਹੈ ਪੰਜਾਬ ਵਿੱਚ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਸੁਖਰਾਮ ਸਿੰਘ ਸਿੱਧੂ ਜੀ ਐਸਪੋਰਟ ਤੋਂ ਬੋਲ ਰਿਹਾ, ਮੇਰੀ ਵੈਨਕੂਵਰ ਤੋਂ। ਹਾਂਜੀ ਸਿੱਧੂ ਸਾਹਿਬ, ਵੈਨਕੂਵਰ ਤੋਂ? ਹਾਂ ਵੈਨਕੂਵਰ ਤੋਂ। ਤੁਹਾਨੂੰ ਅਸੀਂ ਐਵੇਂ ਇੰਨਾ, ਪਹਿਲਾਂ ਤਾਂ ਮੇਰਾ ਸਭ ਤੋਂ ਵੱਡਾ ਇਹ ਆਮ ਪਾਰਟੀ 200% ਜਿੱਤੂਗੀ, ਇਹ 100% ਸਹੀ ਆ। ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ। ਹਾਂਜੀ, ਦੂਜੀ ਗੱਲ ਇਹ ਹੈ ਵੀ ਜਿਵੇਂ ਅੱਜ ਭਾਜਪਾ ਇੱਕ ਮਨਾ ਰਹੀ ਹੈ ਡੇ ਵਾਲਾ ਡੇ ਐਮਰਜੈਂਸੀ ਦਾ। ਹਾਂਜੀ, ਅੱਜ ਪੰਜ ਕਿਸਾਨ ਮਰੇ, ਇਹ ਕਾਲਾ ਡੇ ਨੀ? ਬਿਲਕੁਲ ਠੀਕ ਹੈ ਜੀ, ਹਰੇਕ ਰੋਜ਼ ਕਿਸਾਨ ਮਰਦਾ, ਹਰੇਕ ਰੋਜ਼ ਦਿਨ ਰੇਤਾ ਵਿੱਚ ਆਉਂਦਾ, ਮਾਫੀਆ ਵਿੱਚ ਆਉਂਦਾ, ਇਹ ਕਿਸਾਨ ਇਹ ਕਾਲਾ ਡੇ ਨੀ? ਬਿਲਕੁਲ ਕਾਲਾ ਡੇ ਨੇ ਬਾਅਦ ਚ ਇਹ ਗੱਲ ਕਰ ਰਹੇ ਆ, ਤੇ ਅੱਜ ਦਾ ਇਹ ਦੇਖੋ ਵੀ ਕਾਲਾ ਡੇ ਤਾਂ ਅੱਜ ਵੀ ਹੈ ਪੰਜਾਬ ਚ। ਨਹੀਂ, ਭਾਜਪਾ ਕਿਹੜਾ ਕਾਲਾ ਦਿਨ ਮਨਾ ਰਹੀ ਆ? ਆਹਾ, ਜਿਹੜਾ ਅੱਜ ਐਮਰਜੈਂਸੀ ਦਾ ਕਾਲਾ ਡੇ ਬਣਾ ਰਹੀ ਆ ਜੀ, ਅੱਜ ਇੰਦਰਾ ਗਾਂਧੀ ਨੇ ਜਿਹੜਾ ਲਾਇਆ ਸੀ, ਰਾਈਟ, ਇਹ ਕਾਲਾ ਡੇ ਅੱਜ ਹੀ ਆ, ਅੱਜ ਤਾਂ ਉਦੋਂ ਵੀ ਕਾਲਾ ਡੇ, ਉਹ ਐਮਰਜੈਂਸੀ ਦੇ ਵਿੱਚ ਬੰਦੇ ਫੜੇ ਗਏ ਆ ਪਰੰਤੂ ਮਰੇ ਨਹੀਂ ਸੀਗੇ। ਬਿਲਕੁਲ ਠੀਕ ਹੈ, ਅੱਜ ਹਰ ਇੱਕ ਕਿਸਾਨ ਮਰ ਰਿਹਾ, ਹਰ ਇੱਕ ਕਿਸੇ ਦਾ ਬੱਚਾ ਡਰੱਗ ਲੈ ਕੇ ਮਰ ਰਿਹਾ, ਇਹ ਕਾਲਾ ਡੇ ਨਹੀਂ? ਬਿਲਕੁਲ ਹੈ ਜੀ, ਪੰਜਾਬ ਦੇ ਵਿੱਚ ਬਹੁਤ ਦਿੱਕਤਾਂ ਵਾ ਔਰ ਕਿਸਾਨਾਂ ਦੀ ਖਾਸ ਦਿੱਕਤ ਹੈ। ਹਮੇਸ਼ਾ ਤੁਸੀਂ ਇਹ ਦੇਖੋ ਐਸ ਬਾਈ ਅਲ ਦਾ ਮੁੱਦਾ ਥੁੰਦਾ ਨਾ ਜੀ, ਐਸ ਬਾਈ ਦਾ ਟੱਕਰਾ ਇਹਨੇ ਲਾਇਆ ਆਪਣੇ ਇੰਦਰਾ ਗਾਂਧੀ ਤੇ ਅਮਰਿੰਦਰ ਨੇ, ਠੀਕ ਹੈ ਜੀ, ਬਾਦਲ ਨੇ ਨਹਿਰ ਬਣਾਈ ਤੇ ਉਹਨੇ ਢਾਤੀ, ਤੇ ਆਮ ਪਾਰਟੀ ਦਾ ਜਨਮ ਹੀ ਨਹੀਂ ਸੀ, ਉਹਨੂੰ 2-6 ਮਿੰਟ ਲਾ ਸਕਦੇ ਸੀ। ਬਿਲਕੁਲ ਠੀਕ ਹੈ ਜੀ, ਖੈਰ ਉਹ ਜਦੋਂ ਬੰਦਾ ਗਿਲਟੀ ਹੁੰਦਾ ਨਾ ਜੀ, ਤੇ ਆਪਣੀ ਸਫਾਈ ਦੇਣ ਲਈ ਦੂਜਿਆਂ ਦੇ ਇਲਜ਼ਾਮ ਮੜਨ ਲੱਗ ਜਾਂਦਾ, ਜਿਹੜਾ ਮੁੱਝਦੇ ਦੀਵ ਦਾ ਅਲਾਟ ਉੱਚੀ ਹੁੰਦੀ ਹੈ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹੋਰ ਵੀ ਕੋਈ ਗੱਲ ਕਰਨੀ ਸੀ ਸਾਹਿਬ? ਤੁਹਾਡੇ 90% ਤੋਂ ਕੀ 99% ਤੁਹਾਡੇ ਆਮ ਲੋਕ ਬਾਹਰ ਤੁਹਾਡੇ ਨਾਲ ਸਹਿਮਤ ਆ ਸੀ। ਮਿਹਰਬਾਨੀ ਮਿਹਰਬਾਨੀ, ਅਗਲੀ ਕਾਲ ਵੱਲ ਵੱਧਦੇ ਹਾਂ, ਬਹੁਤ ਧੰਨਵਾਦ ਸਿੱਧੂ ਸਾਹਿਬ। ਅਗਲੀ ਕਾਲ ਵੱਲ ਵੱਧਦੇ, ਦੇਖਦੇ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ ਭਾਈ ਸਾਹਿਬ, ਮੈਂ ਗੁਰਚਰਨ ਸਿੰਘ ਬੋਲਦਾ ਜੀ, ਟੋਰਾਂਟੋ ਕੈਨੇਡਾ ਤੋਂ ਜੀ। ਹਾਂਜੀ ਗੁਰਚਰਨ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਨੇ ਤੁਹਾਡੇ? ਆਪਾਂ ਗੱਲ ਕਰ ਰਹੇ ਹਾਂ ਵੀ ਨਸ਼ਿਆਂ ਵਾਸਤੇ ਕੌਣ ਜ਼ਿੰਮੇਵਾਰ ਆ। ਹਾਂਜੀ ਸੰਧੂ ਸਾਹਿਬ, ਗੱਲ ਇਹ ਆ ਜੀ ਵੀ ਜਿਹੜੇ ਨਸ਼ੇ ਨੇ ਨਾ ਜੀ, ਇਹ ਇੱਕ ਸਮਾਜਿਕ ਬੁਰਾਈ ਆ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਜੀ। ਤੇ ਜਿਹੜਾ ਸਮਾਜ ਆ ਸੰਧੂ ਸਾਹਿਬ, ਜਿੰਨਾ ਚਿਰ ਉਹ ਤੰਦਰੁਸਤ ਨਹੀਂ ਹੁੰਦਾ, ਬਿਮਾਰ ਸਮਾਜ ਆ ਜਿਹੜਾ, ਉਹਦੇ ਵਿੱਚ ਇੱਦਾਂ ਦੀਆਂ ਬੁਰਾਈਆਂ ਜਿਹੜੀਆਂ ਨੇ, ਨਸ਼ੇ, ਹੋਰ ਕ੍ਰਾਈਮ ਵਗੈਰਾ, ਇਹ ਰਹਿੰਦੇ ਹੀ ਨੇ ਅਕਸਰ, ਇਹ ਜਿਹੜੇ ਬਿਮਾਰ ਸਮਾਜ ਦੀ ਨਿਸ਼ਾਨੀ ਹੈ ਜੀ। ਤੇ ਇਸ ਸਮਾਜਿਕ ਬੁਰਾਈ ਨੂੰ ਸੰਧੂ ਸਾਹਿਬ ਦੂਰ ਕਰਨ ਵਾਸਤੇ ਜੀ ਬੜੇ ਚੌਤਰਫਾ ਤੋਂ ਮਤਲਬ ਜਿਹੜੀ ਕੋਸ਼ਿਸ਼ਾਂ ਕਰਨ ਦੇ ਨਾਲ ਹੀ ਇਹਦੀ ਸਫਲਤਾ ਮਿਲ ਸਕਦੀ ਹੈ। ਹੁਣ ਸੰਧੂ ਸਾਹਿਬ ਦੇਖੋ, ਸਮਾਜ ਦੇ ਵਿੱਚ ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਹੈ ਜੀ,
ਪੁਲਿਸ ਦਾ ਪ੍ਰਸ਼ਾਸਨ ਦਾ ਉਦੋਂ ਬਾਅਦ ਰੋਲ ਸ਼ੁਰੂ ਹੁੰਦਾ ਹੈ। ਕੋਈ ਬੰਦਾ ਗਲਤੀ ਕਰਦਾ ਹੈ, ਕੋਈ ਵੀ ਕ੍ਰਾਈਮ ਕਰਦਾ ਤਾਂ ਉਸਨੂੰ ਪੁਲਿਸ ਸਜ਼ਾ ਦਿੰਦੀ ਹੈ ਜਾਂ ਉਸਨੂੰ ਕਾਨੂੰਨ ਦੇ ਹਵਾਲੇ ਕਰਦੀ ਹੈ ਜੀ। ਉਦੋਂ ਪਹਿਲਾਂ ਉਹ ਪੁਲਿਸ ਨੂੰ ਬੁਲਾ ਨਹੀਂ ਸਕਦੀ, ਚਾਹੇ ਉਹਨੇ ਕ੍ਰਾਈਮ ਕਰਨ ਤੋਂ ਪਹਿਲਾਂ ਉਹਨੂੰ ਬੁਲਾ ਨਹੀਂ ਸਕਦੀ। ਉਹ ਵੀ ਸਮਾਜ ਦੇ ਵਿੱਚ ਰਹਿੰਦਾ ਹੁੰਦਾ ਬੰਦਾ ਉਹ ਕ੍ਰਾਈਮ ਕਰਨ ਵਾਲਾ ਜੀ। ਹੁਣ ਜਿਹੜਾ ਸਮਾਜ ਹੈ ਜੀ ਸਾਡਾ, ਸਾਨੂੰ ਇਸ ਬਾਰੇ ਸੋਚਣਾ ਪਊ। ਜਿਹੜੇ ਧਾਰਮਿਕ ਆਗੂ ਨੇ, ਸਮਾਜਿਕ ਆਗੂ ਨੇ, ਰਾਜਨੀਤਿਕ ਆਗੂ ਨੇ, ਸੱਭਿਆਚਾਰਕ ਆਗੂ ਨੇ, ਆਰਥਿਕ ਆਗੂ ਨੇ, ਇਹ ਸਾਰਿਆਂ ਨੂੰ ਸਾਨੂੰ ਸੋਚਣਾ ਪਊ ਵੀ ਇਹ ਜਿਹੜੀ ਬੁਰਾਈ ਹੈ, ਕਿਉਂਕਿ ਪ੍ਰਸ਼ਾਸਨ 'ਤੇ ਅਸੀਂ ਜ਼ਿਆਦਾ ਜਿਹੜਾ ਬਲੇਮ ਕਰਦੇ ਹਾਂ। ਸੰਧੂ ਸਾਹਿਬ, ਉਸ ਤੋਂ ਪਹਿਲਾਂ ਇਨਸਾਨ ਦੇ ਅੰਦਰ ਨਸ਼ੇ ਬਾਰੇ, ਹੋਰ ਕ੍ਰਾਈਮ ਬਾਰੇ ਸੋਚ ਹੀ ਨਾ ਆਵੇ, ਇਹ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਬਾਰੇ ਸੋਚਣਾ ਪਊ ਅਤੇ ਇਹਦੇ ਬਾਰੇ ਇੱਕ ਪਲੇਟਫਾਰਮ, ਇੱਕ ਵਿਚਾਰਧਾਰਾ ਸਮਾਜ ਦੇ ਵਿੱਚ ਉਜਾਗਰ ਕਰਨੀ ਪੈਂਦੀ ਆ, ਪੈਦਾ ਕਰਨੀ ਪੈਂਦੀ ਆ। ਜਿਹੜੀ ਆਪਾਂ ਦੇਖਦੇ ਹਾਂ ਵੀ ਜਦੋਂ ਸਮੇਂ ਸਮੇਂ 'ਤੇ ਕੋਈ ਗੁਰੂ, ਪੀਰ, ਕੋਈ ਭਗਤ, ਸੂਰਮੇ ਇਹ ਪੈਦਾ ਕਰਦੇ ਨੇ ਤਾਂ ਸਮਾਜ ਨੂੰ ਠੱਲ ਪੈਂਦੀ ਹੈ ਜੀ। ਅੱਜ ਸੰਧੂ ਸਾਹਿਬ ਜੇ ਆਪਾਂ ਨਿਗਾਹ ਮਾਰੀਏ ਤਾਂ ਦੇਖੋ, ਸਭ ਤੋਂ ਪਹਿਲਾਂ ਬੱਚੇ ਦੇ ਰੋਲ ਮਾਡਲ ਉਹਦੇ ਮਾਂ ਪਿਓ ਹੁੰਦੇ ਨੇ, ਇਹ ਵੱਡੀ ਘਾਟ ਹੈ ਜੀ। ਉਸ ਤੋਂ ਬਾਅਦ ਜਿਹੜੇ ਆਪਾਂ ਹੋਰ ਚਾਰ ਪੰਜ ਧਾਰਮਿਕ ਸਮਾਜਿਕ ਬਣਾਏ ਨੇ, ਇਹਨਾਂ ਪ੍ਰਤੱਖ ਘਾਟ ਦਿਖਦੀ ਆ, ਸਰਕਾਰਾਂ 'ਚ ਘਾਟ ਦਿਖਦੀ ਆ। ਉਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ ਕਿ ਸਮਾਜ ਨੂੰ ਨਰੋਆ ਬਣਾਇਆ ਜਾਵੇ, ਤੰਦਰੁਸਤ ਬਣਾਇਆ ਜਾਵੇ ਜੀ। ਅਤੇ ਇਸ ਕਰਕੇ ਸੰਧੂ ਸਾਹਿਬ ਇਹ ਨਾ ਜਿਹੜੀ ਹੈਗੀ ਆ ਸਮਾਜਿਕ ਬੁਰਾਈ ਨੂੰ, ਨਸ਼ਿਆਂ ਵਾਲੀ ਨੂੰ, ਇਹ ਸਾਰਿਆਂ ਨੂੰ ਰਲ ਕੇ ਕਰਨਾ ਪੈਣਾ ਅਤੇ ਸਾਰੇ ਆਪੋ ਆਪਣਾ ਰੋਲ ਸਮਝਣ, ਨਾ ਕਿ ਇੱਕ ਦੂਜੇ 'ਤੇ ਬਲੇਮ ਲਾਉਣ। ਮਾਂ ਪਿਓ ਆਪਣਾ ਰੋਲ ਸਮਝਣ ਅਤੇ ਉਸ ਤੋਂ ਬਾਅਦ ਟੀਚਰ ਨੇ ਉਹ ਬੱਚਿਆਂ ਨੂੰ ਸਹੀ ਸੇਧ ਦੇਣ। ਅੱਜ ਕੱਲ੍ਹ ਤੁਸੀਂ ਦੇਖ ਲਓ ਵੀ, ਖਾਸ ਕਰਕੇ ਆਪਾਂ ਪੰਜਾਬ ਦੇ ਵਿੱਚ ਹੀ ਦੇਖ ਲਓ ਵੀ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਜੀ। ਸੰਧੂ ਸਾਹਿਬ ਮੈਂ ਤੁਹਾਨੂੰ ਆਪਦੇ ਪਿੰਡ ਦੀ ਗੱਲ ਦੱਸਾਂ, ਮੇਰੇ ਪਿੰਡ ਦੇ ਵਿੱਚ ਪੰਜ ਟੀਚਰ ਨੇ ਜਿਹੜੇ ਕਿ ਆਪ ਸ਼ਰਾਬ ਪੀਂਦੇ ਨੇ, ਉਹ ਬੱਚਿਆਂ ਨੂੰ ਕਿੱਥੋਂ ਸੇਧ ਦੇਣਗੇ ਜੀ ਜੀ ਜੀ। ਇਸ ਕਰਕੇ ਇਹ ਸਾਰੇ ਸਮਾਜ ਨੂੰ ਲੋੜ ਆ ਹਮਲਾ ਮਾਰਨ ਦੀ, ਇਹੀ ਹੈਗੀ ਆ। ਇਕੱਲੇ ਬੰਦੇ 'ਤੇ ਕਿਸੇ 'ਤੇ ਬਲੇਮ ਕਰਨਾ, ਚਾਹੇ ਸਰਕਾਰਾਂ 'ਤੇ ਲਾ ਲਈਏ, ਚਾਹੇ ਕਿਸੇ ਇੱਕ ਧਿਰ 'ਤੇ ਲਾ ਲਈਏ, ਤਾਂ ਇੱਕ ਧਿਰ ਨਾਲ ਇਹ ਜਿਹੜੀ ਸਮੱਸਿਆ ਹੈ ਠੀਕ ਨਹੀਂ ਹੋ ਸਕਦੀ ਜੀ। ਮਿਹਰਬਾਨੀ ਮਿਹਰਬਾਨੀ, ਸਹੀ ਕਿਹਾ ਗੁਰਚਰਨ ਸਿੰਘ ਨੇ ਕਿ ਠੀਕ ਹੈ, ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਆ, ਲੇਕਿਨ ਇੱਕ ਸਮਾਜਿਕ ਸਮੱਸਿਆ ਵਾ, ਇਹਦੇ ਵਾਸਤੇ ਸਾਰਿਆਂ ਨੂੰ ਹੀ ਕੋਸ਼ਿਸ਼ ਕਰਨੀ ਪੈਣੀ ਆ। ਮੀਨਵਾਈਲ ਸਾਡੇ ਨਾਲ ਭੁਪਿੰਦਰ ਸਿੰਘ ਧਾਲੀਵਾਲ ਵੀ ਜੁੜ ਗਿਆ, ਉਹ ਸਾਨੂੰ ਫਤਿਹ ਬੁਲਾ ਰਿਹਾ, ਬਹੁਤ ਬਹੁਤ ਮਿਹਰਬਾਨੀ ਭੁਪਿੰਦਰ ਸਿੰਘ ਜੀ। ਮੀਨਵਾਈਲ ਰਵਿੰਦਰ ਤੂਰ ਕਹਿ ਰਿਹਾ ਕਿ ਉਹ ਐਬਰਸਫੋਰਡ ਤੋਂ ਕੈਨੇਡਾ ਤੋਂ ਸਾਡਾ ਸ਼ੋਅ ਇਸ ਵੇਲੇ ਉਹ ਵੇਖ ਰਹੇ ਆ। ਅਮਰਜੀਤ ਸ਼ੋਕਰ ਵੀ ਸਾਡੇ ਨਾਲ ਜੁੜ ਗਿਆ, ਉਹ ਮੇਜਰ ਬਲਦੇਵ ਸਿੰਘ ਜੋ ਸ਼ਾਇਦ 23 ਜੂਨ 1990 ਦੇ ਵਿੱਚ ਉਹਨਾਂ ਦਾ ਕੋਈ ਹਾਦਸਾ ਹੋਇਆ ਸੀ, ਸ਼ਾਇਦ ਪੁਲਿਸ ਹਾਦਸਾ ਹੋਇਆ ਸੀ ਜਿਹਦੇ ਕਰਕੇ ਉਹਨਾਂ ਦੀ ਮੌਤ ਹੋਈ ਸੀ, ਉਹਨਾਂ ਨੂੰ ਉਹ ਯਾਦ ਕਰ ਰਹੇ ਆ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਵੀ ਸਾਡੇ ਨਾਲ ਇਸ ਵੇਲੇ ਨੇ, ਔਰ ਉਹ ਆਸ਼ਾ ਰੱਖਦੇ ਆ ਕਿ ਜਦੋਂ ਆਪ ਦੀ ਸਰਕਾਰ ਆਊਗੀ ਕੋਈ ਨਾ ਕੋਈ ਇੰਪਰੂਵਮੈਂਟ ਆਊਗੀ। ਉਹ ਸੋਚ ਉਹਨਾਂ ਦਾ ਖਿਆਲ ਹੈ ਕਿ ਇਸ ਵੇਲੇ ਅਕਾਲੀ ਦਲ ਜੋ ਹੋ ਰਿਹਾ ਵਾ ਉਹਦੇ ਵਾਸਤੇ ਜ਼ਿੰਮੇਵਾਰ ਆ। ਇਹ ਖਬਰ ਉਹਨਾਂ ਸੁਣੀ ਕਿ ਕੋਈ ਬਾਰਡਰ ਦੇ ਉੱਤੇ ਕੋਈ ਸ਼ਖਸ ਜਿਹੜਾ ਵਾ ਉਹ ਫੜਿਆ ਗਿਆ, ਔਰ ਉਹਨਾਂ ਦਾ ਖਿਆਲ ਹੈ ਕਿ ਉਹ ਵੀ ਅਕਾਲੀ ਦਲ ਦੇ ਲੀਡਰਾਂ ਨਾਲ ਹੀ ਸੰਬੰਧ ਜ਼ਰੂਰ ਰੱਖਦਾ ਹੋਊਗਾ, ਔਰ ਉਹਨਾਂ ਨੂੰ ਆਸ ਆ ਕਿ ਇਹ ਚੇਂਜ ਜਿਹੜਾ ਵਾ 2017 ਤੋਂ ਬਾਅਦ ਆਊਗਾ। ਗੁਰਵਿੰਦਰ ਸਿੰਘ ਜੀ, ਅਸੀਂ ਵੀ ਸਾਰੇ ਆਸ ਰੱਖਦੇ ਹਾਂ ਵੀ ਇੱਕ ਚੇਂਜ, ਬਦਲਾਵ ਫੋਰ ਬੈਟਰ ਜਿਹੜਾ ਵਾ ਉਹ ਜ਼ਰੂਰ 2017 ਦੇ ਵਿੱਚ ਆਊਗਾ। ਮੀਨਵਾਈਲ ਸਾਡੇ ਨਾਲ ਸ਼ਿਆਰਾ ਸਿੰਘ ਢੀਂਡਸਾ ਬੇਕਰਸਫੀਲਡ ਤੋਂ ਇਸ ਵੇਲੇ ਜੁੜ ਗਿਆ। ਸ਼ਿਆਰਾ ਸਿੰਘ ਢੀਂਡਸਾ ਉੱਥੇ ਵੀਡੀਓਗ੍ਰਾਫਰ ਨੇ, ਕਾਫੀ ਉੱਥੇ ਮਿਹਨਤ ਕਰਕੇ ਆਪਣੀ ਕਮਾਈ ਕਰਦੇ ਆ। ਇਸੇ ਤਰ੍ਹਾਂ ਬੌਬੀ ਔਲਖ ਸਾਡੇ ਨਾਲ ਇਸ ਵੇਲੇ ਜੁੜੇ ਆ, ਰਵਿੰਦਰ ਭੁੱਲਰ ਵਿਨੀਪੈਗ ਤੋਂ ਇਸ ਵੇਲੇ ਸਾਡੇ ਨਾਲ ਨੇ, ਨਿਹਾਲ ਕਾਲੋਂ ਉਹ ਵੀ ਸਾਡੇ ਇਸ ਪ੍ਰੋਗਰਾਮ ਦੀ ਤਾਰੀਫ ਕਰੇ, ਬਹੁਤ ਬਹੁਤ ਮਿਹਰਬਾਨੀ ਨਿਹਾਲ ਕਾਲੋਂ ਜੀ। ਹੋਰ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਇਸ ਵੇਲੇ ਜੁੜੇ ਆ, ਉਹਨਾਂ ਦੀਆਂ ਵਿਚਾਰ ਵੀ ਮੈਂ ਸਾਂਝੇ ਕਰਦਾ ਰਹੂੰਗਾ। ਮੀਨਵੈਲ ਅਗਲੀ ਕਾਲ ਵੱਲ ਵੱਧਦਾ, ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਅਮਰਜੀਤ ਸਿੰਘ ਬੋਲਦਾ ਜੀ। ਕੌਣ ਜੀ? ਅਮਰਜੀਤ ਸਿੰਘ। ਅਮਰਜੀਤ ਸਿੰਘ ਜੀ ਕਿੱਥੋਂ ਬੋਲ ਰਹੇ ਜੀ? ਪੈਨਸਲਵੇਨੀਆ ਤੋਂ ਜੀ। ਪੈਨਸਲਵੇਨੀਆ, USA? ਹਾਂਜੀ ਹਾਂਜੀ ਹਾਂਜੀ। ਅਮਰਜੀਤ ਸਿੰਘ ਜੀ, ਦੱਸੋ ਕੀ ਵਿਚਾਰ ਰੱਖਣੇ ਚਾਹੁੰਦੇ? ਅਸੀਂ ਗੱਲ ਕਰ ਰਹੇ ਹਾਂ ਕਿ ਜੋ ਇਸ ਵੇਲੇ ਨਸ਼ਿਆਂ ਦੀ ਪ੍ਰੋਬਲਮ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਅੱਛਾ ਅੱਛਾ, ਉਹ ਤੁਹਾਨੂੰ ਮੈਂ ਦੱਸਦਾ। ਤੂੰ ਇਹ ਦੱਸੋ ਵੀ ਅੱਜ ਦੀ ਮੈਂ ਨਿਊਜ਼ ਸੁਣਦਾ, ਕੈਨੇਡਾ ਵਿੱਚ ਸਰੀ ਏਰੀਏ 'ਚ ਨਾ ਸਕੂਲਾਂ 'ਚ ਇੰਨੀ ਪ੍ਰੋਬਲਮ ਆ, ਉਨੀ ਪੰਜਾਬ 'ਚ ਨਹੀਂ, ਡਰੱਗ ਦੀ। ਅੱਛਾ ਜੀ। ਹਰ ਇੱਕ ਪੇਰੈਂਟਸ ਨੂੰ ਚਿੱਠੀਆਂ ਲਿਖੀਆਂ ਘਰ 'ਚ। ਅੱਛਾ। ਤੁਸੀਂ ਆਪਣੇ ਨਿਆਣੇ ਦਾ ਖਿਆਲ ਰੱਖੋ ਵੀ ਡਰੱਗ ਦਾ ਬਹੁਤ ਜ਼ੋਰ ਆ ਸਕੂਲਾਂ 'ਚ। ਹਾਂਜੀ। ਅੱਛਾ ਅੱਛਾ, ਇੱਥੇ ਦੱਸੋ ਵੀ ਤੁਸੀਂ ਉਹ ਅਫਗਾਨਿਸਤਾਨ ਤੋਂ ਨਾਲ ਲੱਗਦਾ, ਇਹ ਕੈਨੇਡਾ 'ਚੋਂ ਅਫਗਾਨਿਸਤਾਨ ਤੋਂ ਪਹਿਲਾਂ ਜਾਂਦੀ ਪੰਜਾਬ, ਫਿਰ ਦਿੱਲੀਓਂ ਆਉਂਦੀ ਕੈਨੇਡਾ ਨੂੰ। ਹਾਂਜੀ। ਡਰੱਗ ਜਿਹੜੀ ਆ ਇੱਥੇ, ਫਿਰ ਕਾਹਨੂੰ ਜ਼ਿੰਮੇਵਾਰ? ਇੱਥੇ ਤਾਂ ਮਜੀਠੀਆ ਹੈ ਨਹੀਂ, ਇੱਥੇ ਤਾਂ ਬਹੁਤ ਜ਼ੋਰ ਆ। ਬਾਕੀ ਦੂਜੀ ਗੱਲ ਇਹ ਕਹਿੰਦੇ ਤੁਸੀਂ 70% ਜਿਹੜਾ ਯੂਥ ਆ ਪੰਜਾਬ ਦਾ ਨਸ਼ਿਆਂ 'ਚ ਆ, ਤੇ ਤੁਹਾਨੂੰ ਵੋਟਾਂ ਫਿਰ ਕਿਹਨਾਂ ਨੇ ਪਾਉਣੀਆਂ? 30% ਹੀ ਪਾਓ ਯੂਥ, ਫਿਰ ਨਸ਼ਿਆਂ ਵਾਲੇ ਤਾਂ ਬੈਲੀਆਂ ਤਾਂ ਕੀ ਪਾਉਣੀਆਂ ਵੀ ਤੁਹਾਨੂੰ?
ਨਹੀਂ, ਕੋਸ਼ਿਸ਼ ਸਾਡੀ ਇਹ ਵਾ ਭਾਈ ਸਾਹਿਬ ਅਮਰਜੀਤ ਸਿੰਘ ਜੀ, ਕਿ ਜਿਹੜੇ ਨਸ਼ਿਆਂ ਦੇ ਵਿੱਚ ਵੀ ਪਏ ਆ, ਅਸੀਂ ਉਹ ਪੀੜਿਤ ਲੋਕ ਆ, ਆਪਾਂ ਉਹਨਾਂ ਨੂੰ ਸਮਾਜ 'ਚੋਂ ਨਕਾਰ ਨਹੀਂ ਸਕਦੇ, ਉਹਨਾਂ ਨੂੰ ਉਹ ਨਸ਼ਿਆਂ ਦੇ ਸ਼ਿਕਾਰ ਨੇ, ਬਹੁਤ ਸਾਰੇ ਉਹਨਾਂ 'ਚੋਂ ਵਾਪਸ ਮੇਨ ਸਟ੍ਰੀਮ 'ਚ ਲਿਆਉਂਦੇ ਜਾ ਸਕਦੇ ਆ ਔਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਹਾਂਜੀ, ਸੋ ਅਮਰਜੀਤ ਸਿੰਘ ਜੀ, ਉਹਨਾਂ ਨੂੰ ਆਪਾਂ ਨਕਾਰਨਾ ਨਹੀਂ ਗਿਆ ਸਮਾਜ ਦੇ ਵਿੱਚੋਂ, ਬਹੁਤ ਸਾਰੇ ਉਹਨਾਂ 'ਚੋਂ ਨਸ਼ਿਆਂ ਦਾ ਸ਼ਿਕਾਰ ਆ, ਉਹਨਾਂ ਨੂੰ ਲਿਆਂਦਾ ਜਾ ਸਕਦਾ ਸਮਾਜ ਦੇ ਵਿੱਚ, ਸਿਰਫ ਜਿਹੜੇ ਤਸਕਰੀ ਕਰਦੇ ਆ ਉਹ ਤੁਹਾਡੇ, ਉਹ ਜਿੱਦਾਂ ਨਾ ਇੱਕ ਖਾੜਕੂ ਲਹਿਰ ਸੀ ਉਹ ਤੁਹਾਡੇ ਗਲ ਪੈ ਜਾਣੇ ਆ, ਉਹਨੇ ਤੁਸੀਂ ਤੰਗ ਹੋਣਾ ਜਦੋਂ ਨਸ਼ੇ ਵਾਲੇ ਗੌਰਮੈਂਟ ਤੁਹਾਡੀ ਬਣ ਗਈ, ਉਹ ਨਸ਼ੇ ਉਹ ਨਹੀਂ ਮੰਗਣੇ ਆ, ਤੁਸੀਂ ਤੋਂ ਦੇ ਨਹੀਂ ਹੋਣੇ। ਹਾਂਜੀ, ਨਹੀਂ ਨਸ਼ੇ ਉਹਨਾਂ ਨੂੰ ਆਪਾਂ ਉਸ ਤੋਂ ਪਰਾਂ ਕਰਾਂਗੇ ਨਾ ਜੀ, ਉਹ ਇਨਵਾਇਰਮੈਂਟ ਜਿਹੜੀ ਆ, ਵਾਤਾਵਰਨ ਚੇਂਜ ਕਰਾਂਗੇ ਨਾ, ਜੇ ਨਸ਼ੇ ਮਿਲਣਗੇ ਨਹੀਂ, ਜੇ ਨਸ਼ੇ ਦੇ ਜਿਹੜੀ ਤਸਕਰੀ ਕਰਦੇ ਆ ਉਹਨਾਂ ਦੇ ਠੱਲ ਪਊਗੀ, ਅਤੇ ਇਹਦੇ ਨਾਲ ਮੇਰੇ ਖਿਆਲ ਫਰਕ ਜ਼ਰੂਰ ਪਊਗਾ। ਦੇਖੋ, ਕੋਸ਼ਿਸ਼ ਹਰ ਮੁਲਕ ਕਰ ਰਿਹਾ ਵਾ, ਆਪਾਂ ਨੂੰ ਵੀ ਕਰਨੀ ਚਾਹੀਦੀ ਆ, ਕਈ ਮੁਲਕ ਜਿਹੜੇ ਆ ਉਹਨਾਂ ਨੇ ਕਾਮਯਾਬੀ ਹਾਸਿਲ ਕੀਤੀ ਆ ਨਸ਼ਿਆਂ ਨੂੰ ਬਾਹਰ ਕੱਢਣ ਦੇ ਵਿੱਚ। ਖੈਰ, ਐਨੀਵੇ, ਅਮਰਜੀਤ ਸਿੰਘ ਜੀ ਤੁਹਾਡਾ ਵਿਚਾਰ ਆ, ਬਾਕੀ ਵਿਚਾਰ ਵੀ ਅਸੀਂ ਸਾਂਝੇ ਕਰ ਰਹੇ ਹਾਂ। ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੀ ਪ੍ਰੋਬਲਮ ਆ, ਉਹਦੇ ਲਈ ਕੌਣ ਜ਼ਿੰਮੇਵਾਰ ਆ, ਇਹਦੇ ਲਈ ਕੀ ਕਰਨ ਦੀ ਲੋੜ ਆ, ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ। ਅਸੀਂ ਗੱਲ ਕਰ ਰਹੇ ਹਾਂ ਨਸ਼ਿਆਂ ਬਾਰੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਬੜੀ ਗੰਭੀਰ ਸਮੱਸਿਆ ਵਾ, ਇਹਦੇ ਲਈ ਕੌਣ ਜ਼ਿੰਮੇਵਾਰ ਆ, ਕੀ ਸਰਕਾਰਾਂ ਜ਼ਿੰਮੇਵਾਰ ਆ, ਕੀ ਲੋਕ ਆਪਣੇ ਆਪ ਜ਼ਿੰਮੇਵਾਰ ਆ, ਜੇ ਸਰਕਾਰਾਂ ਜ਼ਿੰਮੇਵਾਰ ਆ ਤਾਂ ਉਹ ਕਿਵੇਂ ਜ਼ਿੰਮੇਵਾਰ ਆ, ਕੀ ਬੇਰੁਜ਼ਗਾਰੀ ਕਰਕੇ, ਅਨਇੰਪਲੋਇਮੈਂਟ ਕਰਕੇ ਲੋਕ ਨਸ਼ਿਆਂ ਵੱਲ ਜਾ ਰਹੇ ਆ, ਨੌਕਰੀਆਂ ਉਹਨਾਂ ਨੂੰ ਕਿਉਂ ਨਹੀਂ ਮਿਲ ਰਹੀਆਂ, ਕੀ ਉਹ ਨੌਕਰੀਆਂ ਦੇ ਯੋਗ ਹਨ ਕਿ ਨਹੀਂ, ਇਹ ਮਸਲੇ ਆਪਾਂ ਵਿਚਾਰ ਰਹੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ 'ਚ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਅਫੀਮ, ਭੰਗ ਅਤੇ ਸ਼ਰਾਬ ਵਗੈਰਾ ਬੜੇ ਸਾਲਾਂ ਤੋਂ, ਸਦੀਆਂ ਤੋਂ ਪ੍ਰਚਲਿਤ ਨੇ, ਪਰ ਮੁਸ਼ਕਲ ਉਦੋਂ ਵਧੀ ਜਦੋਂ ਹੋਰ ਖਤਰਨਾਕ ਨਸ਼ੇ ਦੇਖਣ ਨੂੰ ਮਿਲੇ, ਨਸ਼ਿਆਂ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ, ਨੌਜਵਾਨਾਂ ਨੂੰ ਚਿੱਟੇ ਦੀ ਲੱਤ ਲੱਗ ਗਈ। ਇਹ ਠੀਕ ਹੈ ਕਿ ਇਹ ਨਸ਼ੇ ਬਾਰਡਰ ਪਾਰ ਤੋਂ ਆਉਂਦੇ ਆ, ਪਰ ਇਹ ਵੀ ਸਹੀ ਹੈ ਕਿ ਇੱਥੋਂ ਦੀਆਂ ਸਰਕਾਰਾਂ ਨੇ ਇਹਨਾਂ ਦੀ ਵਰਤੋਂ ਵਾਸਤੇ ਲੁੜੀਂਦਾ ਮਾਹੌਲ ਪੈਦਾ ਕੀਤਾ। ਨਸ਼ੇ ਆਉਂਦੇ ਬਾਹਰੋਂ ਆ, ਪਰ ਇੱਥੇ ਮਾਹੌਲ ਸੀ ਅਤੇ ਤਦੇ ਹੀ ਇੱਥੇ ਵਿਕਣ ਲੱਗੇ। ਇਹੀ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਡਰੱਗਸ ਦਾ ਕਾਰੋਬਾਰ ਬਹੁਤ ਸਾਰੇ ਸਿਆਸੀ ਲੀਡਰ ਅਤੇ ਹੋਰ ਰਸੂਖ ਵਾਲੇ ਲੋਕ ਜਿਹੜੇ ਆ ਉਹ ਕਰਵਾ ਰਹੇ ਆ। ਇਹ ਉੜਤਾ ਪੰਜਾਬ ਫਿਲਮ ਦੇ ਵਿੱਚ ਹੀ ਦਿਖਾਇਆ ਗਿਆ, ਚਲੋ ਉਹ ਤਾਂ ਫਿਲਮ ਸੀ, ਪਰ ਇਹ ਹਕੀਕਤ ਵੀ ਹੈ। ਕੁਝ ਲੀਡਰ ਜਿਹੜੇ ਆ ਉਹਨਾਂ ਦੇ ਬਾਰੇ, ਉਹਨਾਂ 'ਤੇ ਹਾਲੇ ਕੇਸ ਵੀ ਚੱਲ ਰਹੇ ਆ, ਕੁਝ ਲੀਡਰ ਜਿਹੜੇ ਆ ਉਹਨਾਂ ਦੇ ਕੇਸਾਂ ਦੇ ਉੱਤੇ ਕੇਸਾਂ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਈ ਸਾਲ ਸਰਕਾਰਾਂ ਨੇ ਇਸ ਉੱਪਰ ਆਪਣੀਆਂ ਅੱਖਾਂ ਜਿਹੜੀਆਂ ਸੀ ਉਹ ਮਿੱਟੀਆਂ ਸੀ ਵੀ ਨਸ਼ੇ ਵੱਧ ਰਹੇ ਆ। ਸਿਰਫ 2014 ਚੋਣਾਂ ਤੋਂ ਬਾਅਦ ਇਨਫੈਕਟ ਇਹਦੇ 'ਤੇ ਸਰਕਾਰਾਂ ਜਿਹੜੀਆਂ ਵਾ, ਇਹ ਸਰਕਾਰ ਜਿਹੜੀ ਅਕਾਲੀ ਭਾਜਪਾ ਸਰਕਾਰ, ਇਹ ਗੰਭੀਰ ਹੋਈ ਆ। ਇਸ ਦੌਰਾਨ ਇਹ ਮਸਲਾ ਹੱਥੋਂ ਬਾਹਰ ਹੋ ਗਿਆ, ਜਦੋਂ ਤੁਸੀਂ ਵੱਧ ਰਹੇ ਸੀ ਉਦੋਂ ਤੁਸੀਂ ਕੁਝ ਨਹੀਂ ਕੀਤਾ, ਔਰ ਜਦੋਂ ਵੱਧ ਗਏ ਉਦੋਂ ਤੁਸੀਂ ਇੱਥੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਸਿਚੁਏਸ਼ਨ ਜਿਹੜੀ ਆ ਉਹ ਬਿਓਂਡ ਕੰਟਰੋਲ ਹੋਈ ਆ। ਇਹ ਸਭ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ, ਇਹ ਕਾਫੀ ਇੱਕ ਮੁਸ਼ਕਲ ਕੰਮ ਆ। ਇੱਕ ਬਹੁ ਪੱਖੀ ਮਲਟੀ ਪ੍ਰੋਂਗਡ ਪੋਲਿਸੀ ਮੇਰੇ ਖਿਆਲ ਸ਼ਾਇਦ ਬਣਾਉਣੀ ਪਊਗੀ, ਇਹੋ ਜਿਹੀ ਨੀਤੀ ਬਣਾਉਣੀ ਪਊਗੀ ਜਿਸ ਦੇ ਕਈ ਪਹਿਲੂ ਹੋਣੇ ਚਾਹੀਦੇ ਆ। ਪਹਿਲਾਂ ਤਾਂ ਸਿੱਖਿਆ ਦਾ ਮਿਆਰ ਸਾਨੂੰ ਬਿਹਤਰ ਕਰਨਾ ਪਊ, ਨੌਕਰੀਆਂ ਦਾ ਇੰਤਜ਼ਾਮ ਕਰਨਾ ਪਊ, ਨਸ਼ਿਆਂ ਦੇ ਕਾਰੋਬਾਰ ਉੱਪਰ ਨਕੇਲ ਕਸਣੀ ਪਊਗੀ, ਔਰ ਨਸ਼ਿਆਂ ਤੋਂ ਪੀੜਿਤ ਲੋਕਾਂ ਦਾ ਇਲਾਜ ਕਰਾਉਣਾ ਪਊਗਾ, ਅਤੇ ਉਹਨਾਂ ਨੂੰ ਕਿਸੇ ਕੰਮਕਾਜ ਦੇ ਵਿੱਚ ਵਿਅਸਤ ਕਰਨਾ ਪਊਗਾ, ਉਹਨਾਂ ਨੂੰ ਕੰਮਕਾਜ ਦੇ ਵਿੱਚ ਲਾਉਣਾ ਪਊਗਾ। ਇਹ ਆਉਣ ਵਾਲੀਆਂ ਸਰਕਾਰਾਂ ਵਾਸਤੇ, ਉਹਨਾਂ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ। ਵੀ ਠੀਕ ਹੈ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਬਾਹਰਲੇ ਮੁਲਕਾਂ 'ਚ ਵੀ ਡਰੱਗਸ ਦੀ ਪ੍ਰੋਬਲਮ ਨਜ਼ਰ ਆਉਂਦੀ ਆ, ਪਰ ਇੱਕ ਬਹੁਤ ਵੱਡਾ ਫਰਕ ਆ ਉਹ ਇਹ ਕਿ ਉੱਥੇ ਇਹ ਸਭ ਕੁਝ ਸਰਕਾਰਾਂ ਦੀ ਸਖਤੀ ਦੇ ਬਾਵਜੂਦ ਹੋ ਰਿਹਾ ਵਾ, ਸਰਕਾਰਾਂ ਦੀ ਕੋਈ ਮਿਲੀ ਭੁਗਤ ਨਹੀਂ, ਪਰ ਸਾਡੇ ਇੱਥੇ ਕੁਝ ਹੱਦ ਤੱਕ ਇਹ ਸਭ ਕੁਝ ਸਰਕਾਰਾਂ ਜਾਂ ਉਹਨਾਂ ਦੇ ਕੁਝ ਅਨਸਰ, ਉਹਨਾਂ ਦੇ ਕਰਿੰਦਿਆਂ ਦੀ ਹਮਾਇਤ ਨਾਲ ਹੀ ਹੋ ਰਿਹਾ ਵਾ। ਜੇ ਵਾੜ ਹੀ ਉਲਟਾ ਖੇਤ ਨੂੰ, ਇਹ ਬੜੀ ਪੁਰਾਣੀ ਕਹਾਵਤ ਆ ਵੀ ਜੇ ਵਾੜ ਹੀ ਉਲਟਾ ਖੇਤ ਨੂੰ ਖਾਣ ਲੱਗ ਪਏ ਤਾਂ ਖੇਤੀ ਦਾ ਕੀ ਬਚਣਾ। ਇਹੋ ਹੀ ਹਾਲਤ ਸਾਡੇ ਇੱਥੇ ਪੰਜਾਬ ਦੀ ਇਸ ਵੇਲੇ ਬਣੀ ਹੈ। ਬਹੁਤ ਸਾਰੇ ਸਾਡੇ ਨਾਲ ਫੇਸਬੁੱਕ 'ਤੇ ਵੀ ਕਮੈਂਟਸ ਆਏ, ਉਹ ਵੀ ਮੈਂ ਸਾਂਝੇ ਕਰੂੰਗਾ, ਪਰ ਜਿਹੜੇ ਕਾਲਰ ਆ ਪਹਿਲਾਂ ਉਹਨਾਂ ਦੀ ਗੱਲ ਮੈਂ ਸੁਣਨੀ ਚਾਹੂੰਗਾ। ਹੈਲੋ, ਵਾਹਿਗੁਰੂ ਜੀ, ਚੰਦੂ ਸਾਹਿਬ। ਹਾਂਜੀ ਹਾਂਜੀ ਹਾਂਜੀ, ਭਾਈ ਸਾਹਿਬ ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ, ਕੁਲਦੀਪ ਸਿੰਘ ਸਿੱਖੋਂ ਬੋਲਦਾ ਜੀ। ਤੁਸੀਂ ਗੱਲ ਤਾਂ ਕੋਈ ਖੈਰ ਛੱਡੀ ਨਹੀਂ ਕਿ ਸਾਰੀਆਂ ਗੱਲਾਂ ਹੀ ਕਰਦੀਆਂ, ਕਲਰਾਂ ਵੀ ਕਰਦੀਆਂ। ਹਾਂਜੀ, ਪਰ ਕੁਛ ਗੱਲਾਂ 'ਤੇ ਮੈਂ ਧਿਆਨ ਦੇਣਾ ਚਾਹੁੰਦਾ ਵੀ ਜਿਹੜੀ ਨਸ਼ਾ ਜੀ 50% ਸਰਕਾਰ ਦੇ ਵੱਸ ਆ ਜੀ, 50% ਆਪਣੇ ਜਿਹੜੇ ਜਿਨ੍ਹਾਂ ਦੇ ਮੁੰਡੇ ਨਸ਼ਾ ਖਾਂਦੇ ਆ, ਜਾਂ ਸਾਡਾ ਸਮਾਜ ਹੈ, ਜਾਂ ਸਾਡੀਆਂ ਮਤਲਬ ਪ੍ਰੋਬਲਮਾਂ, ਉਹ ਮਤਲਬ ਵੀ ਇਹਨਾਂ ਵਿੱਚ ਭਾਈਵਾਲ ਹਨ।
ਕਿਉਂਕਿ ਜਿਵੇਂ ਆਪਾਂ ਵੱਡੇ ਕਾਕੇ ਵੱਡੇ ਘਰਾਂ ਦੇ ਕਾਕੇ ਤਾਂ ਪੈਸੇ ਵੱਧ ਲੈ ਕੇ ਤੇ ਉਹ ਨਸ਼ਾ ਕਰਦੇ ਆ, ਜਿਹੜੇ ਆਪਣੇ ਗਰੀਬ ਆ ਜਾਂ ਜਿਹੜੇ ਨਹੀਂ ਮਤਲਬ ਉਹਨਾਂ ਨੂੰ ਸੰਸਾ ਹੈ ਉਹਨਾਂ ਨੂੰ ਇਹ ਮਤਲਬ ਚਿੰਤਾ ਚ ਉਹ ਮਤਲਬ ਰੱਖ ਜਾਂਦੇ ਆ, ਮਤਲਬ ਉਹਨੂੰ ਚਿੰਤਾ ਹੋ ਜਾਂਦੀ ਮੈਂ ਮਤਲਬ ਕੀ ਕਰਨਾ ਮੇਰਾ ਅਗਲਾ ਮੇਰੀ ਜੀਵਨ ਮੇਰਾ ਕਿਵੇਂ ਹੋਊਗਾ, ਮੈਨੂੰ ਨੌਕਰੀ ਨੀ ਮਿਲੀ ਜੀ। ਤੇ ਕੁਛ ਸਮਾਜ ਵੀ ਆ ਵੀ ਸਮਾਜ ਬਜਾਏ ਇੱਕ ਦੂਜੇ ਨੂੰ ਮਤਲਬ ਹੈਲਪ ਕਰਨ ਦੇ ਉਹਨਾਂ ਨੂੰ ਸਮਝੀ ਗਾਈਡਲਾਈਨ ਗਲਤ ਦਿੰਦੇ ਆ ਜੀ ਦੂਜੇ ਜਵਾਕਾਂ ਨੂੰ, ਉਹ ਦੂਜੇ ਨੂੰ ਦੇਈ ਜਾਂਦਾ ਦੂਜੇ ਪਰਿਵਾਰ ਨੂੰ ਦੇਈ ਜਾਂਦਾ, ਸਾਰੇ ਪਰਿਵਾਰ ਇਸ ਗੱਲ ਨਾਲ ਲੱਗੇ। ਤੇ ਸਰਕਾਰ ਇਉਂ ਆ ਜੀ, ਸਰਕਾਰ ਨੂੰ ਇਹ ਚਾਹੀਦਾ ਵੀ ਤੁਹਾਡੀ ਤੁਸੀਂ ਅੱਗੇ ਕਹਿ ਦਿੱਤਾ ਵੀ ਟੋਟਲੀ ਬੰਦ ਕਰਕੇ ਤੇ ਅਵੇਅਰ ਹੋਣਾ ਚਾਹੀਦਾ ਵੀ ਇਹਨਾਂ ਨੂੰ ਬਚਾਉਣਾ ਵੀ ਹੈ ਤੇ ਟੋਟਲੀ ਬੰਦ ਵੀ ਕਰਨਾ ਨਸ਼ਾ। ਬਿਲਕੁਲ। ਤੇ ਜਿਹੜੇ ਨਸ਼ੇ ਲੱਗੇ ਆ ਉਹਨਾਂ ਨੂੰ ਮਤਲਬ ਚੰਗੇ ਹਸਪਤਾਲਾਂ ਚੰਗੀ ਉਹਦੀ ਉਹਨਾਂ ਦੀ ਮਤਲਬ ਦਵਾਈਆਂ ਦੇ ਕੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਬਚਾਉਣਾ, ਜਦੋਂ ਕੇਰਾਂ ਇਹ ਵੱਜ ਜਾਣਗੇ ਤੇ ਆਪਾਂ ਨੂੰ ਰੁਜ਼ਗਾਰ ਮਿਲਣ ਲੱਗ ਜਾਊਗਾ ਤੇ ਸਾਰਾ ਕੁਛ ਮਤਲਬ ਸਹੀ ਹੋ ਜਾਊਗਾ ਆਪਣੇ ਪੰਜਾਬ ਚ। ਤੇ ਇਸ ਗੱਲ ਨਾਲ ਨਸ਼ਿਆਂ ਦਾ ਬਹੁਤ ਤੁਹਾਡੇ ਵਾਲੀ ਗੱਲ, ਜਿਵੇਂ ਤੁਸੀਂ ਕਹਿੰਦੇ ਆ ਇੱਕ ਸਿੰਘ ਨੇ ਕਿਹਾ ਸੀ ਵੀ ਇੱਥੇ ਵੀ ਹੈਗਾ, ਤੁਸੀਂ ਕਿਹਾ ਵੀ ਅਸੀਂ ਅਵੇਅਰ ਕਰਾਂਗੇ, ਅਸੀਂ ਉਹਨਾਂ ਨੂੰ ਮਰਨ ਤੋਂ ਵੀ ਬਚਾਵਾਂਗੇ, ਇਹ ਵੀ ਇਹ ਬਹੁਤ ਵੱਡੀ ਗੱਲ ਆ ਜੀ। ਇਸ ਕਰਕੇ ਜਿਹੜੇ ਨਸ਼ੇ ਖਾਂਦੇ ਆ ਉਹਨਾਂ ਨੂੰ ਵੀ ਦਿਮਾਗੀ ਤੌਰ ਤੇ ਇਹ ਵੇਖਣਾ ਪੈਣਾ, ਜਿਹੜਾ ਨਹੀਂ ਘੱਟ ਖਾਂਦੇ ਹੋਣ ਉਹ ਸੁਚੇਤ ਹੋਣ, ਕਿਉਂਕਿ ਮਰਨ ਨੂੰ ਅੱਗੇ ਕਾਹ ਮਰਨ ਵਾਲਾ ਥਾਂ ਜਾਂ ਹੋਰ ਤਾਂ ਕੋਈ ਹੈ ਨਹੀਂ ਗਾ ਜੀ। ਤੇ ਸਮਾਜ ਮਤਲਬ ਇਹ ਗੱਲ ਮਤਲਬ ਜਦੋਂ ਆਪਣਾ ਸਮਾਜ ਸਾਰਾ ਹੀ ਉਹ ਹੋ ਗਿਆ ਤਾਂ ਫਿਰ ਉਹ ਮਤਲਬ ਜਿਹੜੀ ਜਿਵੇਂ ਅੱਗੇ ਕਹਿੰਦੇ ਸੀ ਜੰਨਾਂ ਨੀ ਚੜ੍ਹਦੀਆਂ ਕਾਂਗਰਸ ਰਾਜ ਵੇਲੇ ਜੰਨਾਂ ਨੀ ਚੜ੍ਹੀਆਂ ਉਹਨਾਂ ਨੇ ਬੰਦੇ ਮਾਰਤੇ, ਹੁਣ ਮਤਲਬ ਇਸ ਗੱਲ ਨਾਲ ਮਤਲਬ ਜਿਹੜਾ ਆਪਣਾ ਪਿੰਡ ਹੋ ਜਾਂਦੇ ਖਾਲੀ ਵੀ ਜੰਨਾਂ ਚੜ੍ਹਨ ਤੋਂ ਵੀ ਆਪਣੇ ਸਾਰੇ ਨਸ਼ਾ ਹੀ ਆ। ਧੰਨਵਾਦ ਜੀ। ਮਿਹਰਬਾਨੀ ਸੇਖੋ ਸਾਹਿਬ, ਵਿਚਾਰ ਬੜੇ ਸਪਸ਼ਟ ਆ। ਕੁਝ ਸਾਡੇ ਨਾਲ ਇਸ ਵੇਲੇ ਫੇਸਬੁੱਕ 'ਤੇ ਸਾਡੇ ਨਾਲ ਵਿਊਰਸ ਵੀ ਜੁੜੇ ਆ, ਮੈਂ ਉਹਨਾਂ ਦੇ ਵਿਚਾਰ ਸਾਂਝੇ ਕਰਨਾ ਚਾਹੁੰਦਾ। ਜਸਵਿੰਦਰ ਸੋਢੀ ਉਹ ਕਹਿੰਦੇ ਆ ਵੀ ਹੁਣ ਤਾਂ ਹਾਥੀ ਜਿਹੜਾ ਵਾ ਉਹ ਵੀ ਕਮਰੇ 'ਚ ਆ ਗਿਆ ਵਾ, ਕੀ ਤੁਸੀਂ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੁਸੀਂ ਜਿਹੜੇ ਵੱਡੇ ਸਿਆਸੀ ਲੀਡਰ ਆ ਜਿਹੜੇ ਨਸ਼ਿਆਂ ਦੇ ਕਾਰੋਬਾਰ ਕਰਵਾ ਰਹੇ ਆ, ਕੀ ਉਹਨਾਂ ਨੂੰ ਹੱਥ ਪਾਓਗੇ, ਉਹਨਾਂ ਨੂੰ ਹਿਰਾਸਤ 'ਚ ਲਓਗੇ ਜੇ ਲੋੜ ਪਵੇ? ਜੇ ਪੱਤਰਕਾਰਾਂ ਦੇ ਉੱਤੇ ਟਾਡਾ ਅਤੇ ਮੁਕੋਗਾ ਵਰਗੇ ਕਾਨੂੰਨ ਲੱਗ ਸਕਦੇ ਆ ਤਾਂ ਇਹਨਾਂ ਲੀਡਰਾਂ 'ਤੇ ਕਿਉਂ ਨਹੀਂ ਲੱਗ ਸਕਦੇ? ਦੇਖੋ ਜਸਵਿੰਦਰ ਜੀ, ਮੇਰਾ ਖਿਆਲ ਆ ਕਿ ਸਾਨੂੰ ਇਹ ਟਾਡਾ ਜਾਂ ਮਕੋਗਾ ਵਰਗੇ ਰੂਲਸ ਲਾਜ਼ ਦੀ ਲੋੜ ਹੀ ਨਹੀਂ। ਜਿਹੜੇ ਐਗਜ਼ਿਸਟਿੰਗ ਲਾਜ਼ ਹੈ, ਜਿਹੜੇ ਹੁਣ ਜਿਹੜੇ ਇਸ ਵੇਲੇ ਕਾਨੂੰਨ ਨੇ, ਉਹ ਹੀ ਬਹੁਤ ਆ। ਸਿਰਫ ਇਹਦੇ 'ਤੇ ਕਮਿਟਮੈਂਟ ਚਾਹੀਦੀ ਹੈ, ਵਚਨਬੱਧਤਾ ਚਾਹੀਦੀ ਹੈ, ਜਿਹੜੀ ਹੁਣ ਤੱਕ ਜਿਹਦੀ ਕਮੀ ਰਹੀ ਆ। ਸੋਨੂ ਸਰਾਂ ਕਹਿੰਦੇ ਆ ਕਿ ਉਹਨਾਂ ਨੇ ਵੇਖਿਆ ਕਿ ਉੜਤਾ ਪੰਜਾਬ ਦੇ ਵਿੱਚ ਜਿਹੜੀਆਂ ਗਾਲੀਆਂ ਵਾ ਉਹਨਾਂ ਦੇ ਬਾਰੇ ਬਹੁਤ ਚਰਚਾ ਹੋ ਰਹੀ ਆ, ਪਰ ਇੱਥੇ ਤਾਂ ਵਿਧਾਨ ਸਭਾ ਦੇ ਵਿੱਚ ਹੀ ਜਿਹੜੇ ਸਿਆਸੀ ਲੀਡਰ ਆ ਉਹ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਦੇ ਰਹੇ ਆ, ਅਤੇ ਜੇ ਫਿਲਮਾਂ ਦੇ ਵਿੱਚ ਕੀ ਪ੍ਰੋਬਲਮ ਹੈ ਜੇ ਵਿਧਾਨ ਸਭਾ ਦੇ ਵਿੱਚ ਇਹੋ ਜਿਹੀਆਂ ਗਾਲਾਂ ਕੱਢੀਆਂ ਜਾ ਸਕਦੀਆਂ ਵਾ। ਸੋਨੀ ਸਿੰਘ ਕਹਿ ਰਹੇ ਆ ਕਿ ਨੌਕਰੀਆਂ ਦੇਣ ਦਾ ਕੀ ਫਾਇਦਾ ਜੇ ਨੌਕਰੀਆਂ ਦੇ ਕੇ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਦੇਣੀਆਂ। ਉਹਨਾਂ ਦਾ ਮਤਲਬ ਹੈ ਕਿ ਬਹੁਤ ਸਾਰੇ ਇਹੋ ਜਿਹੇ ਵਰਗ ਆ, ਕਰਮਚਾਰੀ ਵਰਗ ਆ, ਜਿਨ੍ਹਾਂ ਨੂੰ 3-3, 4-4 ਮਹੀਨੇ ਤਨਖਾਹਾਂ ਲੇਟ ਮਿਲਦੀਆਂ ਜਾਂ ਮਿਲਦੀਆਂ ਹੀ ਬਹੁਤ ਦੇਰੀ ਨਾਲ ਮਿਲਦੀਆਂ। ਇੱਕ ਹੋਰ ਦਿੱਕਤ ਇਹ ਹੈ ਇਸ ਵੇਲੇ ਵੀ ਸਰਕਾਰ ਨੇ ਹੁਣ ਸਿਰਫ ਬੇਸਿਕ ਪੇ ਦੇ ਉੱਪਰ ਬਹੁਤ ਸਾਰੇ ਕਰਮਚਾਰੀ ਜਿਹੜੇ ਆ ਉਹ ਰੱਖੇ ਜਾ ਰਹੇ ਆ। ਉਹਨਾਂ ਦਾ ਖਿਆਲ ਹੈ ਕਿ ਉਹਨਾਂ ਦਾ ਇਸ਼ਾਰਾ ਵਾ ਵੀ ਗ੍ਰੇਡ ਪੇ ਜਿਹੜੀ ਆ ਉਹ ਵੀ ਲੋਕਾਂ ਨੂੰ ਗ੍ਰੇਡ ਪੇ 'ਤੇ ਹੀ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਵਾ। ਰਵਿੰਦਰ ਤੂਰ ਦਾ ਮੰਨਣਾ ਵਾ ਕਿ NRI ਜਿਹੜੇ ਆ ਆਪ ਦੇ ਸਮਰਥਕ ਤਾਂ ਜ਼ਰੂਰ ਨੇ, ਪਰ NRI ਚਾਹੁੰਦੇ ਆ ਵੀ ਜਿਹੜਾ ਲੀਡਰ ਆ ਆਮ ਆਦਮੀ ਪਾਰਟੀ ਦਾ ਉਹ ਵਲੰਟੀਅਰਾਂ ਦੇ ਵਿੱਚੋਂ ਹੀ ਨਿਕਲੇ, ਵਲੰਟੀਅਰਸ ਦੇ ਵਿੱਚੋਂ ਨਿਕਲ ਕੇ ਬਾਹਰ ਆਵੇ, ਔਰ ਇਹ ਗੱਲ ਜਿਹੜੀ ਆ ਹਾਈਕਮਾਂਡ ਤੱਕ ਸਾਨੂੰ ਪਹੁੰਚਾਉਣੀ ਚਾਹੀਦੀ ਹੈ। ਜ਼ਰੂਰ ਪਹੁੰਚਾਵਾਂਗੇ ਜੀ ਇਹ ਗੱਲ। ਮਨਜਿੰਦਰ ਗਰੇਵਾਲ ਨੇ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ। ਰਾਜਾ ਅਤਵਾਲ ਅਤੇ ਗਗਨ ਉਹ ਕਹਿੰਦੇ ਆ ਵੀ ਜੋ ਨਸ਼ੇ ਪੰਜਾਬ 'ਚ ਵਿਖ ਰਹੇ ਆ ਉਹਦੇ ਵਾਸਤੇ ਅਕਾਲੀ ਹੀ ਖੁਦ ਜ਼ਿੰਮੇਵਾਰ ਆ। ਬਲਵਿੰਦਰ ਕਹਿ ਰਹੇ ਆ ਕਿ ਕਈ ਲੋਕ ਕਹਿੰਦੇ ਤਾਂ ਆ ਵੀ ਅਕਾਲੀ ਜ਼ਿੰਮੇਵਾਰ ਆ, ਪਰ ਸਰਕਾਰ ਔਰ ਅਕਾਲੀ ਦਲ ਇਸ ਤੋਂ ਬਿਲਕੁਲ ਇਨਕਾਰ ਕਰ ਰਿਹਾ ਵਾ। ਉਹ ਕਹਿ ਰਿਹਾ ਕਿ ਬਿਲਕੁਲ ਨਸ਼ੇ ਵਾਸਤੇ ਨਸ਼ਿਆਂ ਦੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਉਹ ਤਾਂ ਸਗੋਂ ਨਸ਼ਿਆਂ ਨੂੰ ਠੱਲ ਪਾਉਣ ਦੀ ਨਸ਼ਿਆਂ ਦੇ ਉੱਤੇ ਕੋਸ਼ਿਸ਼ ਕਰ ਰਹੇ। ਅਗਲੀ ਕਾਲਰ ਵੱਧਦੇ ਹਾਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਕੁਲਜਿੰਦਰ ਸਿੰਘ ਬੋਲ ਰਿਹਾ ਲਾਸ ਏਂਜਲਸ ਤੋਂ, ਮੈਂ ਫਸਟ ਟਾਈਮ ਕਾਲ ਕਰ ਰਿਹਾ ਤੁਹਾਡੇ ਸ਼ੋਅ ਤੇ। ਹਾਂਜੀ ਹਾਂਜੀ ਕੁਲਜਿੰਦਰ ਜੀ, ਸਵਾਗਤ ਹੈ। ਫਸਟ ਟਾਈਮ ਜ਼ਰੂਰ ਕਰੋ, ਪਰ ਲਾਸਟ ਟਾਈਮ ਨਹੀਂ ਹੋਣਾ ਚਾਹੀਦਾ। ਨਹੀਂ, ਮੈਂ ਸਰ ਤੁਹਾਡਾ ਬਹੁਤ ਚਿਰ ਤੋਂ ਮੈਂ ਸ਼ੋਅ ਯੂਟਿਊਬ ਰਾਹੀਂ ਤੇ ਫੇਸਬੁੱਕ ਰਾਹੀਂ ਦੇਖਦਾ, ਮੈਂ ਬੜਾ ਪ੍ਰਭਾਵਿਤ ਹਾਂ ਤੇ ਮਤਲਬ ਪਹਿਲੀ ਵਾਰ ਮੈਂ ਕਾਲ ਕੀਤੀ ਹੈ। ਮੈਂ ਬਸ 3-4 ਗੱਲਾਂ ਕਹਿਣਾ ਚਾਹੁੰਦਾ। ਦੱਸੋ ਦੱਸੋ ਦੱਸੋ।
ਤੇ ਸਰ ਮੈਂ ਜਿਹੜੀ ਜਿੰਨੀ ਕੁ ਮੇਰੀ ਸੋਚ ਹੈ, ਮੈਂ ਇਹ ਸੋਚਦਾ ਕਿ ਗਵਰਨਮੈਂਟ ਰਿਸਪੋਂਸੀਬਲ ਆ, ਇਹ ਤਾਂ ਸਾਰਾ ਚੱਕ ਜਹਾਜ਼ ਹੈ, ਇਹ ਸਾਰਿਆਂ ਨੂੰ ਪਤਾ ਜੀ। ਸਰ ਨੰਬਰ 2 ਤੇ ਪੰਜਾਬੀ ਸਿੰਗਰ ਜਿਹੜੇ ਹੈਗੇ ਨੇ ਉਹ ਨਸ਼ੇ ਨੂੰ ਬਹੁਤ ਪ੍ਰਮੋਟ ਕਰਦੇ ਨੇ, ਉਹ ਹਾਲਾਂਕਿ ਉਹਨੂੰ ਸ਼ਰਾਬ ਨੂੰ ਲੈ ਲਓ ਜਾਂ ਕਿਸੇ ਚੀਜ਼ ਨੂੰ ਲੈ ਲਓ, ਹੁਣ ਸ਼ਰਾਬ ਮੈਂ ਕਹਿੰਦਾ ਕਿਸੇ ਹੋਰ ਸੂਬੇ ਚ ਇੰਨੀ ਨੀ ਵਿਕਦੀ ਹੋਣੀ ਜਿਹੜੀ ਸਾਡੇ ਪੰਜਾਬ ਚ ਵਿਕਦੀ ਹੈ। ਬਿਲਕੁਲ ਠੀਕ ਹੈ। ਹਾਲਾਂਕਿ ਕਹਿੰਦੇ ਆ ਆਪਾਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਪਰ ਉੱਥੇ ਭਲੇ ਸਾਡੇ ਪੰਜਾਬੀ ਸ਼ਰਾਬ ਕਿੰਨੇ ਦੀ ਛੱਕ ਜਾਂਦੇ ਆ ਕਿਸੇ ਨੂੰ ਪਤਾ ਨੀ ਜੀ। ਤੇ ਨਾਲੇ ਪੰਜਾਬੀ ਸਿੰਗਰ ਆਪਣਾ ਹਰ ਚੀਜ਼ ਨੂੰ ਪ੍ਰਮੋਟ ਕਰਦੇ ਆ, ਤੇ ਨੰਬਰ 3 ਨੰਬਰ ਤੇ ਮੈਂ ਇਹ ਕਹਿਣਾ ਚਾਹੁੰਦਾ ਸਰ ਕਿ ਗੁਰਬਾਣੀ ਜਿਹੜੀ ਹੈਗੀ ਹੈ ਇਹ ਅਸੀਂ ਸਾਡੇ ਜਿਹੜੇ ਮਤਲਬ ਯੂਥ ਹੈਗਾ ਉਹ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਨੀ ਕਰਦੇ, ਉਹਦੇ ਕਰਕੇ ਇਹਨਾਂ ਚੀਜ਼ਾਂ ਕਰਕੇ ਤੇ ਅੱਜ ਦਾ ਅੱਜ ਇਹ ਸਮਾਂ ਹੈਗਾ ਕਿ ਮਤਲਬ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਨਸ਼ਿਆਂ ਦੇ ਵਿੱਚ ਪਏ ਹੋਏ ਨੇ, ਤੇ ਨਸ਼ੇ ਕਰਨ ਨੂੰ ਆਪਣਾ ਉਹ ਸਟੇਟਸ ਸਮਝਦੇ ਨੇ, ਮਤਲਬ ਸਭ ਤੋਂ ਜ਼ਿਆਦਾ ਸ਼ਰਾਬ ਨੂੰ, ਸ਼ਰਾਬ ਪੀਣਾ ਤਾਂ ਇੱਕ ਸਟੇਟਸ ਸਿੰਬਲ ਹੈਗਾ ਸਾਡੇ ਪੰਜਾਬੀਆਂ ਦਾ ਜੀ। ਤੇ ਜੇ ਆਪਾਂ ਲੋਕ ਜੇ ਗੁਰਬਾਣੀ ਨਾਲ ਵੀ ਜੁੜੀਏ ਤੇ ਮਹਾਰਾਜ ਗੁਰਬਾਣੀ ਚ ਲਿਖਦੇ ਨੇ ਕਿ ਜਿੱਤ ਪੀਤੇ ਮਤ ਦੂਰ ਹੋਵੇ, ਫਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਜੇ ਆਪਣੇ ਲੋਕ ਗੁਰਬਾਣੀ ਪੜ੍ਹ ਕੇ ਸਮਝਣ ਲੱਗ ਜਾਣ ਤਾਂ ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਫਰਕ ਪਏਗਾ ਇਹਨਾਂ ਚੀਜ਼ਾਂ ਨਾਲ। ਮੈਂ ਬਸ ਇਹੀ ਕਹਿਣਾ ਚਾਹੁੰਦਾ ਸੀ। ਤੇ ਲਾਸਟ ਦੇ ਵਿੱਚ ਮੈਂ ਸਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਕੇਜਰੀਵਾਲ ਜੀ ਦੀ ਸੋਚ ਤੇ, ਤੇ ਇਹ ਆਉਣਗੇ ਤਾਂ ਮਤਲਬ ਹੋਪਫੁਲੀ ਕੁਛ ਵਧੀਆ ਹੋਊਗਾ ਪੰਜਾਬ ਦੇ ਲਈ ਤੇ ਦੇਸ਼ ਲਈ। ਮਿਹਰਬਾਨੀ ਕੁਲਜਿੰਦਰ ਜੀ, ਬਹੁਤ 3-4 ਬੜੀਆਂ ਅਹਿਮ ਗੱਲਾਂ ਕੀਤੀਆਂ ਵੀ ਸਰਕਾਰਾਂ ਤਾਂ ਜ਼ਿੰਮੇਵਾਰ ਹੈ ਹੀ, ਉਸ ਤੋਂ ਇਲਾਵਾ ਸਾਡੇ ਪੰਜਾਬੀ ਸਿੰਗਰ ਜਿਸ ਤਰ੍ਹਾਂ ਦੇ ਗੀਤ ਗਾਉਂਦੇ ਆ ਉਹਦੇ ਨਾਲ ਵੀ ਜਿਹੜਾ ਯੂਥ ਆ ਉਹ ਬਹੁਤ ਪ੍ਰਭਾਵਿਤ ਹੁੰਦਾ। ਇਹੋ ਹੀ ਚੀਜ਼ ਤੁਸੀਂ ਵੇਖਿਆ ਹੀ ਆ ਕਿ ਫਿਲਮ ਦੇ ਵਿੱਚ ਵੀ ਇਹ ਦਿਖਾਈ ਗਈ ਹੈ। ਸ਼ਰਾਬ ਵੀ ਇੱਕ ਬੜੀ ਵੱਡੀ ਪ੍ਰੋਬਲਮ ਆ, ਸ਼ਰਾਬ ਦੇ ਉੱਪਰ ਕੱਲ੍ਹ ਆਪਾਂ ਇੱਕ ਡਿਟੇਲ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਕੀ ਨਸ਼ਾਬੰਦੀ ਲਾਗੂ ਕਰਨੀ ਚਾਹੀਦੀ ਹੈ ਜਾਂ ਨਹੀਂ, ਕੁਝ ਸਟੇਟਾਂ ਦੇ ਵਿੱਚ ਇਹ ਕੀਤੀ ਗਈ ਹੈ, ਇਹਦੇ 'ਤੇ ਆਪਾਂ ਕੱਲ੍ਹ ਵਿਚਾਰ ਚਰਚਾ ਕਰਾਂਗੇ। ਮੀਨਵਾਇਲ ਬਹੁਤ ਸਾਰੇ ਜਿਹੜੇ ਸਾਡੇ ਕਾਲਰਸ ਆ ਔਰ ਬਹੁਤ ਸਾਰੇ ਸਾਡੇ ਜਿਹੜੇ ਪ੍ਰੋਗਰਾਮ ਨੂੰ ਦੇਖਦੇ ਆ ਉਹ ਇਸ ਵੇਲੇ ਫੇਸਬੁੱਕ 'ਤੇ ਨਾਲ ਸਾਡੇ ਨਾਲ ਜੁੜੇ ਆ। ਤੇਜਵਿੰਦਰ ਸਿੰਘ ਕਲੇਰ ਕਹਿ ਰਹੇ ਆ ਕਿ ਨੌਕਰੀਆਂ ਹੈ ਨਹੀਂ ਔਰ ਨਸ਼ੇ ਜਿੱਥੋਂ ਮਰਜ਼ੀ ਲੈ ਲਓ, ਇਹ ਦਿੱਕਤ ਆ। ਅਮਨ ਸਿੱਧੂ ਵੀ ਇਸ ਵੇਲੇ ਸਾਡੇ ਨਾਲ ਜੁੜੇ ਆ। ਨਵਦੀਪ ਧੋਤ ਦਾ ਖਿਆਲ ਆ ਕਿ ਜਿਹੜੀ ਡਰੱਗਸ ਆ ਇਹ ਦੂਜਾ ਕਾਰਨ ਆ, ਪਹਿਲਾ ਕਾਰਨ ਆ, ਪਹਿਲੀ ਪ੍ਰੋਬਲਮ ਇਹ ਆ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਪੇਰੈਂਟਸ ਆ, ਪੰਜਾਬ ਦੇ ਬੱਚਿਆਂ ਦੇ ਪੇਰੈਂਟਸ ਆ, ਉਹ ਉਹਨਾਂ ਨੂੰ ਚਾਹੁੰਦੇ ਆ ਕਿ ਉਹ ਬਾਹਰ ਚਲੇ ਜਾਣ, ਔਰ ਇਹ ਸ਼ਾਇਦ ਇਸ ਕਰਕੇ ਚਾਹੁੰਦੇ ਆ ਕਿਉਂਕਿ ਇੱਥੇ ਸਰਕਾਰਾਂ ਜਿਹੜੀਆਂ ਵਾ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਸਕਦੀਆਂ। ਬਹੁਤ ਅਫਸੋਸਨਾਕ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਣੇ ਆ, ਇਹ ਨਵਦੀਪ ਧੋਤ ਦਾ ਖਿਆਲ ਆ। ਹੋਰ ਵੀ ਕਾਲਰ ਸਾਡੇ ਨਾਲ ਇਸ ਵੇਲੇ ਵਿਊਅਰਸ ਜਿਹੜੇ ਸਾਡੇ ਨਾਲ ਜੁੜੇ ਆ, ਪਰ ਮੈਂ ਅਗਲੀ ਕਾਲ ਵੱਲ ਵੱਧਦਾ। ਹੈਲੋ, ਹਾਂਜੀ ਹਾਂਜੀ, ਭਾਈ ਸਾਹਿਬ ਕੌਣ ਬੋਲ ਰਹੇ? ਮੇਰਾ ਨਾਂ ਜੀ ਅਵਤਾਰ ਸਿੰਘ ਹੈ, ਹਾਂਜੀ ਟੋਰਾਂਟੋ ਤੋਂ ਬੋਲ ਰਿਹਾ। ਹਾਂਜੀ ਅਵਤਾਰ ਸਿੰਘ ਜੀ, ਸਵਾਗਤ ਹੈ। ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਜ਼ਿੰਮੇਵਾਰੀ ਜੀ 5 ਫੈਕਟਰਸ ਨੇ। 5 ਫੈਕਟਰ, ਓਕੇ। ਸਾਰੇ ਨਾਲੋਂ ਪਹਿਲਾ ਹੈ ਪਾਕਿਸਤਾਨ ਗਵਰਨਮੈਂਟ, ਪਾਕਿਸਤਾਨ। ਦੂਸਰਾ ਤੁਸੀਂ, ਹਾਂ, ਦੂਸਰਾ ਹੈ ਸਾਡੇ ਆਪਣੀਆਂ ਪਾਵਰਸ ਦੈਟ ਬੀ, ਆਪਣੇ ਲੋਕੀ, ਓਕੇ। ਮੈਂ ਜੀ ਅਵਤਾਰ ਸਿੰਘ ਬੋਲ ਰਿਹਾ। ਨਹੀਂ ਭਾਈ ਸਾਹਿਬ, ਤੁਸੀਂ ਰੇਡੀਓ ਆਪਣੇ ਟੀਵੀ ਦਾ ਵੋਲਿਊਮ ਹੌਲੀ ਕਰ ਲਓ। ਮੈਂ ਟੀਵੀ ਦਾ ਵੋਲਿਊਮ ਹੌਲੀ ਕਰ ਲਓ, ਸਿਰਫ ਟੈਲੀਫੋਨ 'ਤੇ ਆ ਜਾਓ। ਮੈਂ ਟੈਲੀਫੋਨ 'ਤੇ ਆ ਜੀ, ਹੁਣ ਹੁਕਮ ਕਰੋ। ਨਹੀਂ, ਤੁਸੀਂ ਆਪਣੀ ਗੱਲ ਪੂਰੀ ਕਰੋ ਨਾ, ਦੋ ਤੁਸੀਂ ਕਾਰਨ ਦੱਸਦੇ ਅਤੇ ਟੀਵੀ ਵੋਲਿਊਮ ਹੌਲੀ ਕਰ ਲਓ ਥੋੜ੍ਹਾ ਜਿਹਾ। ਹਾਂਜੀ, ਤੀਸਰਾ ਕਾਰਨ ਹੈ ਸਾਡੇ ਆਪਣੇ ਪੰਜਾਬ ਦੇ ਅੰਦਰ ਪੁਲਿਸ ਦੀ ਫੇਲਿਓਰ ਫੋਰ ਵਟ ਐਵਰ ਰੀਜ਼ਨ। ਠੀਕ ਹੈ, ਤਿੰਨ ਕਾਰਨ। ਚੌਥਾ ਕਾਰਨ ਹੈ ਪੰਜਾਬ ਦੇ ਅੰਦਰ ਥਾਰੋ ਅਨਇੰਪਲੋਇਮੈਂਟ। ਠੀਕ ਹੈ ਜੀ, ਪੰਜਵਾਂ। ਪੰਜਵਾਂ ਕਾਰਨ ਹੈ ਪੰਜਾਬ ਦੀ ਐਜੂਕੇਸ਼ਨ ਸਿਸਟਮ ਵਿੱਚ ਸੰਬੜੀ ਇਜ਼ ਆਲਰੇਡੀ ਬਰੋਟ ਆਊਟ ਇਜ਼ ਜ਼ੀਰੋ। ਠੀਕ ਹੈ ਜੀ। ਜਿਹੜਾ ਚੌਥਾ ਕਾਲਮ ਹੈ ਪੰਜਾਬ ਦੇ ਬੱਚਿਆਂ ਨੂੰ ਕਿਤੋਂ ਨੌਕਰੀ ਨਾ ਮਿਲਣੀ ਕਿਉਂਕਿ ਐਜੂਕੇਸ਼ਨ ਹੀ ਨਹੀਂ ਰਹੀ। ਠੀਕ ਹੈ ਜੀ। ਨਾ ਤੁਸੀਂ ਆਰਮ ਫੋਰਸਿਸ ਜਾ ਸਕਦੇ ਹੋ। ਤੁਹਾਡਾ ਸਕੂਲਾਂ ਦੇ ਹੁਣੇ ਇੱਕ ਨਿਊਜ਼ ਆਈਟਮ ਆ ਰਹੀ ਸੀ ਕਿ ਸਕੂਲ ਜਿਹੜੇ ਨੇ ਉਹਨਾਂ ਦੇ ਅੰਦਰ ਟੀਚਰ ਹੀ ਕੋਈ ਨਹੀਂ, ਪੜ੍ਹਾਉਣ ਵਾਲੇ ਕੋਈ ਨਹੀਂ। ਠੀਕ ਹੈ ਜੀ। ਹੁਣ ਪਾਕਿਸਤਾਨ ਦੀ ਇਸ ਕਰਕੇ ਹੈ ਕਿ ਯੂ ਲੁੱਕ ਐਟ ਦਾ 65 ਵਾਰ ਜੀ, ਪੰਜਾਬ ਪੇਜ਼ੈਂਟਰੀ ਨੇ ਜਿੰਨੀ ਜ਼ੋਰ ਦੀ ਰੈਜ਼ਿਸਟੈਂਸ ਆਫਰ ਕੀਤੀ ਸੀ ਪਾਕਿਸਤਾਨ ਨੂੰ ਜੀ, ਦੈਟ ਹੈਜ਼ ਬੀਨ ਰੈਕੋਗਨਾਈਜ਼ਡ ਬਾਈ ਪਾਕਿਸਤਾਨ ਜਨਰਲਸ ਇਨ ਦੇਅਰ ਓਨ ਰਾਈਟਿੰਗ।
Right. Since that time, the Pakistan has been wanting to destroy the Sikhs of Punjab. Right. They are the only people whom they thought are standing between them and the Jamna. Okay. Bahut meherbani Avtar ji. They let the drugs come into Punjab. Meherbani Avtar ji, bilkul spasht vichar hai. Panch karan unhon ne dassya Pakistan kyunki Pakistan badla lena chahunda pants ladai da jadon Punjab ne bahut dat ke muqabla kita, dooja siyasi leader itthon de, teeja police failure, chauthi unemployment aur unemployment kyunki lokan nu sikhya ਹੀ ਬਹੁਤ ਮਾੜੀ ਮਿਲਦੀ ਹੈ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਇਹ ਕਾਰਨ ਜਿਹੜੇ ਲਿਸਟ ਆਊਟ ਕੀਤੇ ਆ ਬੜੇ ਲੌਜੀਕਲ ਤਰੀਕੇ ਨਾਲ ਲਿਸਟ ਆਊਟ ਕੀਤੇ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਅਗਲੀ ਕਾਲ ਵੱਲ ਵੱਧਦੇ ਦੇਖਦੇ ਅਗਲੀ ਕਾਲਰ ਕੀ ਕਹਿਣਾ ਚਾਹੁੰਦੇ ਹੈਲੋ ਹੈਲੋ ਹਾਂਜੀ ਭਾਈ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਹਰਿੰਦਰ ਬੋਲ ਰਿਹਾ ਜੀ ਮੈਲਬਨ ਤੋਂ ਹਾਂਜੀ ਹਾਂਜੀ ਹਰਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਇਸ਼ੂ ਆ ਨਸ਼ੇ ਦੇ ਉੱਤੇ ਡਰੱਗਸ ਦੇ ਉੱਤੇ ਇਹ ਬੜਾ ਗੰਭੀਰ ਆ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਆਪਣੇ ਆਪਣੇ ਵਿਊ ਰੱਖਦਾ ਆ ਕੋਈ ਕੁਛ ਕਹਿੰਦਾ ਕੋਈ ਕੁਛ ਪਰ ਇਹਦੇ ਮੈਂ ਤੁਹਾਡੀ ਜਿਹੜੀ ਪਹਿਲਾਂ ਗੱਲ ਸੁਣ ਰਿਹਾ ਸੀਗਾ ਤੁਸੀਂ ਕਹਿ ਰਹੇ ਸੀਗੇ ਕਿ ਜੋ ਕੈਨੇਡਾ ਜਾਂ ਫੋਰਨ ਕੰਟਰੀਜ਼ ਦੇ ਵਿੱਚ ਵੀ ਨਸ਼ਾ ਵਾਰਡ ਦੇ ਵਿੱਚ ਸਾਰੀ ਜਗ੍ਹਾ ਤੇ ਆ ਪਰ ਇਹ ਪੰਜਾਬ ਦੇ ਵਿੱਚ ਇਹਦੀ ਪ੍ਰੋਬਲਮ ਸਭ ਤੋਂ ਵੱਡੀ ਇਸ ਕਰਕੇ ਆ ਇਹਦੇ ਵਿੱਚ ਜੋ ਗਵਰਨਮੈਂਟ ਇਨਵੋਲਵ ਆ ਇਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਕੀ ਆ ਪੰਜਾਬ ਦੇ ਵਿੱਚ ਜਿਹੜਾ ਆ ਇਹ ਇੱਕ 16 ਸਾਲ ਤੋਂ ਲੈ ਕੇ 15 ਸਾਲ ਤੋਂ ਲੈ ਕੇ 20-21 ਸਾਲ ਜਾਂ 25 ਸਾਲ ਦੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਪਿੱਕ ਕਰਦੇ ਆ ਟਾਰਗੇਟ ਕਰਦੇ ਆ ਨਸ਼ੇ ਦੇ ਉੱਤੇ ਉਹਨਾਂ ਨੂੰ ਲਾਇਆ ਜਾਂਦਾ ਇੱਕ ਜੋ ਫੋਰਨ ਕੰਟਰੀਜ਼ ਦੇ ਵਿੱਚ ਨਸ਼ਾ ਆ ਉਹ ਕਿਸੇ ਨੂੰ ਟਾਰਗੇਟ ਜਾਂ ਗਵਰਨਮੈਂਟ ਵੱਲੋਂ ਟਾਰਗੇਟ ਨਹੀਂ ਕੀਤਾ ਜਾਂਦਾ ਉਹ ਆਪਣੇ ਆਪ ਜੋ ਇੱਕ ਪੇਰੈਂਟਸ ਵੱਲੋਂ ਜਿਹਨਾਂ ਨੂੰ ਲੁੱਕ ਆਫਟਰ ਨਹੀਂ ਕੀਤਾ ਜਾਂਦਾ ਜ਼ਿਆਦਾ ਤੋਂ ਜ਼ਿਆਦਾ ਉਹ ਯਾਨੀ ਕਿ ਨਸ਼ੇ ਵੱਲ ਨੂੰ ਜਾਂਦੇ ਆ ਪਰ ਪੰਜਾਬ ਦੇ ਵਿੱਚ ਇੱਕ ਚੰਗੀ ਫੈਮਿਲੀਜ਼ ਨਾਲ ਬਿਲੋਂਗ ਕਰਦੇ ਜਾਂ ਜਿਹੜੇ ਇੱਕ ਚੰਗੇ ਸਟੂਡੈਂਟਸ ਨੇ ਉਹਨਾਂ ਨੂੰ ਧੱਕੇ ਨਾਲ ਟਾਰਗੇਟ ਕੀਤਾ ਜਾਂਦਾ ਇਹਦੇ ਵਿੱਚ ਇੱਕ ਤੇ ਹੈਗਾ ਆ ਸੈਂਟਰ ਗਵਰਨਮੈਂਟ ਦਾ ਜੋ ਪੰਜਾਬ ਨਾਲ ਬਿਹੇਵੀਅਰ ਆ ਉਹ ਵੀ ਮਾਇਨੇ ਰੱਖਦਾ ਇੱਕ ਪੰਜਾਬ ਗਵਰਨਮੈਂਟ ਜੋ ਆਪਣੇ ਇਲੈਕਸ਼ਨ ਫੰਡਿੰਗ ਲਈ ਜਾਂ ਜੋ ਪੈਸੇ ਦੀ ਕਮਾਈ ਲਈ ਜੋ ਇਹ ਚੀਜ਼ਾਂ ਕਰਦੀ ਆ ਇਹ ਬੜਾ ਗੰਭੀਰ ਮੁੱਦਾ ਆ ਪਰ ਇਹਨੂੰ ਜਦੋਂ ਕਿਸੇ ਸਟੇਟ ਦੀ ਜਾਂ ਕਿਸੇ ਕੰਟਰੀ ਦੀ ਗਵਰਨਮੈਂਟ ਹੀ ਉਸ ਚੀਜ਼ ਦੇ ਵਿੱਚ ਇਨਵੋਲਵ ਹੋ ਜੇ ਬਾਕੀ ਜੋ ਜਿਹੜੀਆਂ ਚੀਜ਼ਾਂ ਨੇਗੀਆਂ ਅਨਐਜੂਕੇਸ਼ਨ ਜਾਂ ਜਿਹੜੇ ਲੋਕਾਂ ਦੇ ਵਿੱਚ ਫੈਸਿਲਿਟੀਜ਼ ਨਹੀਂ ਹੈਗੀਆਂ ਸਟੱਡੀ ਲਈ ਜਾਂ ਸਪੋਰਟਸ ਲਈ ਉਹ ਤੇ ਸਾਡੀ ਗਵਰਨਮੈਂਟ ਦੀਆਂ ਨਲਾਇਕੀਆਂ ਹੈਗੀਆਂ ਜੀ ਪਰ ਉਹ ਅਸੀਂ ਉਹਦੇ ਲਈ ਸਾਨੂੰ ਸਿਸਟਮ ਚੇਂਜ ਕਰਨਾ ਪੈਣਾ ਚੰਗੀ ਸਰਕਾਰ ਲੈ ਕੇ ਆਉਣੀ ਪੈਣੀ ਆ ਕਿਉਂਕਿ ਅਸੀਂ ਅਨਐਜੂਕੇਟਡ ਜੋ ਅਨਐਜੂਕੇਟਡ ਮਨਿਸਟਰਸ ਪਿੱਕ ਕਰਦੇ ਹਾਂ ਸਰਕਾਰਾਂ ਆਉਂਦੀਆਂ ਉਹ ਸਾਨੂੰ ਚੰਗੀਆਂ ਪਾਲਿਸੀਆਂ ਨਹੀਂ ਪ੍ਰੋਵਾਈਡ ਕਰ ਸਕਦੀਆਂ ਕਿਉਂਕਿ ਉਹਨਾਂ ਦੀ ਸੋਚ ਹੀ ਉੱਥੇ ਤੱਕ ਉਸ ਲੈਵਲ ਤੱਕ ਨਹੀਂ ਹੈਗੀ ਬਿਲਕੁਲ ਸਹੀ ਕਿਹਾ ਜੀ ਉਹ ਬਾਕੀ ਜੋ ਪੰਜਾਬ ਦੇ ਵਿੱਚ ਇਕੱਲੀ ਇਸ ਟਾਈਮ ਜੇ ਅਸੀਂ ਕਹੀਏ ਕਿ ਅਨਐਜੂਕੇਸ਼ਨ ਜਾਂ ਮਹਿੰਗਾਈ ਆ ਜਿਹੜੀ ਉਹ ਮਹਿੰਗਾਈ ਨੂੰ ਅਸਲ 'ਚ ਆਮ ਲੋਕ ਸਮਝ ਹੀ ਨਹੀਂ ਰਹੇ ਕਿ ਮਹਿੰਗਾਈ ਹੈ ਕੀ ਆ ਮਹਿੰਗਾਈ ਆ ਜੋ ਪੰਜਾਬ ਦੇ ਵਿੱਚ ਉਹ ਸਿਰਫ ਇਹ ਨਹੀਂ ਹੈਗੀ ਕਿ ਤੁਸੀਂ ਅੱਜ ਮੈਂ ਇੱਕ ਬੰਦੇ ਨੂੰ ਕੁਐਸਚਨ ਕੀਤਾ ਮੈਂ ਕਿਹਾ ਵੀ ਤੁਸੀਂ ਕਿੰਨੇ ਰੁਪਏ ਪੈਟਰੋਲ ਪਵਾ ਰਹੇ ਹੋ ਕਿੰਨੇ ਰੁਪਏ ਪੰਜਾਬ ਦੇ ਵਿੱਚ ਪੈਟਰੋਲ ਆ ਉਹ ਕਹਿੰਦਾ ਜੀ 72 ਰੁਪਏ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਿੰਨੇ ਰੁਪਏ ਪੈਟਰੋਲ ਪਵਾ ਰਹੇ ਹੋ ਉਹ ਕਹਿੰਦਾ ਕਿਉਂ ਮੈਂ ਕਿਹਾ ਤੁਸੀਂ ਇੱਕ ਪੈਟਰੋਲ ਪੰਪ 'ਤੇ ਪੈਟਰੋਲ ਪਾਉਣ ਜਾਂਦੇ ਹੋ ਤੁਹਾਨੂੰ ਪੈਟਰੋਲ ਦੀ ਕੋਸਟ 70 ਰੁਪੀਜ਼ ਨਹੀਂ ਪੈਂਦੀ ਮੋਰ ਦੈਨ 100 ਰੁਪੀਜ਼ ਪੈਂਦੀ ਆ ਉਹ ਕਹਿੰਦਾ ਕਿੱਦਾਂ ਮੈਂ ਕਿਹਾ ਤੁਸੀਂ 6 ਲੀਟਰ ਪੈਟਰੋਲ ਪਾਉਂਦੇ ਹੋ ਤੁਹਾਡੇ ਉਹ ਸਿਰਫ 4 ਲੀਟਰ ਪੈਟਰੋਲ ਪਾਉਂਦੇ ਆ ਪਰ ਉਹ ਕਿਉਂਕਿ ਉਹ ਜੋ ਬੇਈਮਾਨੀ ਕਰਦੇ ਆ ਜੋ ਵੀ ਪਰ ਉਹਦੇ ਵਿੱਚ ਉਹ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੂੰ ਦੇਖਣ ਵਾਲਾ ਕੋਈ ਬੰਦਾ ਹੈ ਨਹੀਂ ਬਿਲਕੁਲ ਰਹਿੰਦਰ ਜੀ ਬਹੁਤ ਲੰਬੀ 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 ਗੱਲ ਹੋ ਰਹੀ ਆ ਇਹ ਸਬਜੈਕਟ ਤੋਂ ਹਟ ਕੇ ਗੱਲ ਹੋ ਰਹੀ ਆ ਮੈਂ ਤੁਹਾਨੂੰ ਮਾਫ਼ ਕਰਨਾ ਕੱਟਣਾ ਚਾਹੁੰਦਾ ਵਾਂ ਬਾਕੀ ਤੁਹਾਡੇ ਵਿਚਾਰ ਜਿਹੜੇ ਆ ਬਿਲਕੁਲ ਸਪਸ਼ਟ ਆ ਗਏ ਮੈਂ ਕਾਲਰਸ ਨੂੰ ਬੇਨਤੀ ਕਰਦਾ ਵਾਂ ਕਿ ਉਹ ਜਿਹੜਾ ਮਸਲਾ ਅਸੀਂ ਡਿਸਕਸ ਕਰ ਰਹੇ ਹਾਂ ਉਹਦੇ 'ਤੇ ਹੀ ਰਹਿਣ ਬਾਕੀ ਹਰਿੰਦਰ ਸਿੰਘ ਨੇ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਮੀਨਵੈਲ ਸ਼ੇਰਾ ਰਿਆੜ ਵੀ ਸਾਡੇ ਨਾਲ ਜੁੜ ਗਏ ਆ ਜਸਵਿੰਦਰ ਸੋਢੀ ਪੁੱਛਣਾ ਚਾਹੁੰਦੇ ਆ ਕਿ ਕੀ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦਾ ਨਾਲ ਅਲਾਇੰਸ ਕਰੂਗਾ ਜੇ ਸਾਡੇ ਵਿਚਾਰਧਾਰਾ ਨਾਲ ਕੋਈ ਪਾਰਟੀ ਜਾਂ ਕੋਈ ਸ਼ਖਸ ਦੀ ਜਿਹੜੀ ਪੋਲੀਟਿਕਸ ਆ ਉਹ ਮਿਲਦੀ ਆ ਤਾਂ ਜ਼ਰੂਰ ਉਹਨਾਂ ਨਾਲ ਅਲਾਇੰਸਿਸ ਕਰ ਸਕਦੇ ਹਾਂ ਅਦਰਵਾਈਜ਼ ਅਲਾਇੰਸਿਸ ਕਰਨੇ ਮੁਸ਼ਕਲ ਆ ਕਿਉਂਕਿ ਵੱਖਰੀਆਂ ਵੱਖਰੀਆਂ ਵਿਚਾਰਧਾਰਾ ਨੂੰ ਦੇ ਨਾਲ ਅਲਾਇੰਸ ਕਰਨਾ ਜਿਹੜਾ ਵਾ ਉਹ ਖਤਰਨਾਕ ਸਾਬਤ ਹੋ ਸਕਦਾ ਵਾ ਉਹਨਾਂ ਦਾ ਇਹ ਵੀ ਖਿਆਲ ਆ ਕਿ ਆਮ ਆਦਮੀ ਪਾਰਟੀ ਕੋਲ ਕੋਈ
ਵਿਮੈਨ ਲੀਡਰ ਸਪੋਕਸਪਰਸਨ ਹੈ ਨਹੀਂ ਔਰ ਚੰਗੇ ਸਪੋਕਸਪਰਸਨ ਦੀ ਲੋੜ ਆ। ਮੀਨਵੈਲ ਜਗਰਾਜ ਚੀਮਾ ਵੀ ਸਾਨੂੰ ਇਸ ਵੇਲੇ ਸਾਡੇ ਨਾਲ ਇਸ ਵੇਲੇ ਜੁੜ ਗਏ ਆ। ਗੁਰਦੀਪ ਗਰੇਵਾਲ ਵੀ ਇਸ ਵੇਲੇ ਸਾਡੇ ਨਾਲ ਨੇ ਫੇਸਬੁੱਕ 'ਤੇ ਉੱਪਰ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ, ਮੈਂ ਪਰਮਿੰਦਰ ਸਿੰਘ ਬੋਲਦਾ ਨਿਊਯਾਰਕ ਤੋਂ। ਕੁਲਵਿੰਦਰ ਸਿੰਘ? ਪਰਮਿੰਦਰ ਸਿੰਘ। ਹਾਂਜੀ ਹਾਂਜੀ ਭਾਈ ਸਾਹਿਬ, ਦੱਸੋ ਕੀ ਵਿਚਾਰ ਨੇ ਜੀ। ਮੇਰੇ ਖਿਆਲ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਡਿਸਟ੍ਰਿਕਟ ਲੈਵਲ 'ਤੇ ਜਾਂ ਬਲਾਕ ਲੈਵਲ 'ਤੇ ਜਥੇਦਾਰਾਂ ਨੂੰ ਪਾਵਰ ਦਿੱਤੀ ਹੈ ਨਾ ਜੀ, ਵੀ ਉਹਨਾਂ ਦੇ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਉਹਨਾਂ ਦੀ ਟੂ ਮੱਚ ਸੇ ਹੈ, ਉਹ ਬਾਹਰ ਫਿਰ ਰਿਲੇਟਡ ਨੇ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੇ ਡਰੱਗ ਪੈਡਲਰਸ ਨੇ, ਓਕੇ, ਕਿਉਂਕਿ ਉਹਦੇ ਕਰਕੇ ਵੀ ਆਉਣ ਵਾਲੀ ਜਿਹੜੀ ਵੀ ਆਪਣੀ ਪਾਰਟੀ ਆਪ ਪਾਰਟੀ ਆਵੇ ਤਾਂ ਘੱਟੋ ਘੱਟ ਆਹ ਜਿਹੜਾ ਹੈਗਾ ਨਾ ਜੀ ਕਲਚਰ ਹੈਗਾ, ਚੇਅਰਮੈਨਸ਼ਿਪ ਜਾਂ ਹੋਰ ਕੋਈ ਉਹਨਾਂ ਨੂੰ ਟੂ ਮੱਚ ਪਾਵਰ ਦੇਣੀ, ਉਹਦੇ ਤੋਂ ਹੀ ਬਚਣਾ ਚਾਹੀਦਾ। ਪਰ ਇਹਦਾ ਸਿੱਧਾ ਇੱਕ ਹੋਰ ਵੀ ਹੈਗਾ ਜੀ, ਜਦੋਂ ਇਹ ਕੋਈ ਪੀ ਸੀ ਐਸ ਅਫਸਰ ਨੂੰ ਕੋਈ ਪ੍ਰਮੋਸ਼ਨ ਦਿੰਦੇ ਨੇ ਜਾਂ ਹਾਇਰ ਹੀ ਕਰਦੇ ਨੇ ਕਿਤੇ ਕਿਸੇ ਨੂੰ, ਐਸ ਪੀ ਨੂੰ, ਡੀ ਐਸ ਪੀ ਨੂੰ, ਐਸ ਐਸ ਪੀ ਲੈਵਲ 'ਤੇ ਪਹੁੰਚਦੇ ਨੇ, ਉਹ 70-80 ਲੱਖ ਰੁਪਏ ਦੇ ਕੇ ਜਾਂਦੇ ਨੇ। ਇੱਕ ਕਾਂਸਟੇਬਲ 15-25 ਲੱਖ ਰੁਪਏ ਦੇ ਕੇ ਭਰਤੀ ਹੁੰਦਾ, ਉਹਦਾ ਫਿਰ ਹੁੰਦਾ ਕਿ ਵੀ ਉਹ ਤਨਖਾਹ 'ਤੇ ਤਾਂ ਉਹ ਕਹਿੰਦਾ ਮੈਂ ਰਹਿ ਨਹੀਂ ਸਕਦਾ ਹੈਗਾ, ਉਹਨਾਂ ਨੂੰ ਜਥੇਦਾਰਾਂ ਦੀ ਹੱਲਾਸ਼ੇਰੀ ਹੁੰਦੀ ਆ, ਫਿਰ ਉਹ ਦੋਨੇ ਰਲ ਕੇ ਜੀ ਆਪਣੇ ਆਪਣੇ ਤਹਿ 'ਤੇ, ਇੱਕ ਜਣਾ ਅੱਖਾਂ ਵਿੱਚ ਹੀ ਰੱਖਦਾ, ਇੱਕ ਜਣਾ ਪਿੱਛੇ ਉਹਦੇ ਹੱਥ ਲਾ ਹੀ ਰੱਖਦਾ, ਉਹਨੂੰ ਤਾਕਤ ਦੇ ਕੇ ਰੱਖਦਾ। ਇਵੇਂ ਹੀ ਹੈਗਾ ਜੇ ਤਹਿਸੀਲਦਾਰ ਭਰਤੀ ਹੋਣਾ 70-80 ਲੱਖ ਲਗਭਗ ਕਰੋੜ ਰੁਪਏ ਤੱਕ ਰਿਸ਼ਵਤ, ਉਹ ਜਿਹੜੇ ਪਿਛਲੇ 8-10 ਸਾਲ 15 ਸਾਲ ਦੇ ਵਿੱਚ ਭਰਤੀ ਹੋਏ ਨੇ ਉਹਨਾਂ ਨੇ ਉਹ ਪੈਸੇ ਪੂਰੇ ਕਰਨ ਲੱਗੇ ਹੋਏ ਨੇ, ਉੱਧਰ ਜਥੇਦਾਰ ਆਪਣੀ ਪਾਵਰ ਨੂੰ ਯੂਜ਼ ਕਰ ਰਹੇ ਨੇ। ਇਹ ਕਲਚਰ ਖਤਮ ਕਰਨਾ ਪੈਣਾ ਜੀ। ਬਿਲਕੁਲ ਜੀ, ਇਹ ਖਤਮ ਹੋਊਗਾ ਔਰ ਇਹ ਗੈਰ ਸੰਵਿਧਾਨਿਕ ਜਿਹੜੇ ਅਹੁਦਿਆਂ 'ਤੇ ਲੋਕ ਲਾਏ ਆ ਇਹ ਬਿਲਕੁਲ ਨਹੀਂ ਹੋਣਗੇ, ਔਰ ਭ੍ਰਿਸ਼ਟਾਚਾਰ ਜਿਹੜੀ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵੇਲੇ, ਸਭ ਤੋਂ ਪਹਿਲਾਂ ਉਹਨੂੰ ਹੀ ਦੂਰ ਕਰਨਾ ਪਊ ਔਰ ਬਾਕੀ ਫਿਰ ਉਸ ਤੋਂ ਬਾਅਦ ਬਾਕੀ ਪ੍ਰੋਬਲਮਸ ਵੱਲ, ਨਸ਼ਿਆਂ ਵਾਲੀਆਂ ਬਾਕੀ ਪ੍ਰੋਬਲਮਸ ਵੱਲ ਵਧਣਾ ਪਊਗਾ। ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਵੱਲ ਵੱਧਦੇ ਹਾਂ, ਇੱਕ ਜਾਂ ਦੋ ਕਾਲਸ ਲੈ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਕੇਸ਼ਵ ਨੰਦਾ ਬੋਲ ਰਿਹਾ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਜੀ, ਨਿਊਯਾਰਕ ਤੋਂ ਕੌਣ? ਕੇਸ਼ਵ ਨੰਦਾ। ਹਾਂਜੀ ਕੇਸ਼ਵ ਜੀ, ਮੇਰੇ ਖਿਆਲ ਪਹਿਲੀ ਵਾਰੀ ਕਾਲ ਕੀਤੀ ਤੁਸੀਂ? ਨਹੀਂ ਜੀ ਨਹੀਂ, ਪਹਿਲੇ ਹੀ ਮੈਂ ਕੀਤੀ, ਇੱਕ ਦੋ ਵਾਰ ਪਹਿਲਾਂ ਹੀ ਮੇਰੀ ਗੱਲ ਹੋਈ ਹੈ। ਓਕੇ ਓਕੇ, ਤੇ ਮੈਂ ਤੇ ਬੜਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਤੁਹਾਡੇ ਪ੍ਰੋਗਰਾਮ ਦਾ, ਬਹੁਤ ਅੱਛਾ ਲੱਗਦਾ ਮੈਨੂੰ। ਬਹੁਤ ਮਿਹਰਬਾਨੀ ਭਾਈ ਸਾਹਿਬ। ਤੇ ਕੁਝ ਦੇਰ ਪਹਿਲੇ ਅਵਤਾਰ ਸਿੰਘ ਜੀ ਦਾ ਮੈਂ ਸੁਣਿਆ ਸੀਗਾ ਹੁਣੇ, ਹਾਂ ਹਾਂ, ਵਿਚਾਰ ਬੜੇ ਅੱਛੇ ਵਿਚਾਰ ਸੀ ਔਰ ਉਹਨਾਂ ਦੀ ਹਰ ਗੱਲ ਤੋਂ ਮੈਂ ਸਹਿਮਤ ਹੈਗਾ ਵਾਂ। ਹਾਂਜੀ ਹਾਂਜੀ, ਔਰ ਜਿਹੜੇ ਪੋਲੀਟੀਸ਼ੀਅਨ ਨੇ ਸਾਡੇ ਜਿਹੜੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜੋ ਵੀ ਹੈ, ਵੀ ਅਗਰ ਚਾਹੁੰਦੇ ਇੱਕ ਮਿੰਟ 'ਚ ਸਭ ਕੁਝ ਬੰਦ ਹੋ ਸਕਦਾ ਹੈ, ਚਾਹੁੰਦੇ ਹੀ ਨਹੀਂ ਨੇ। ਏਸੀ ਮਨੀ ਕਮਾਲ ਦੇ ਚੱਕਰ 'ਚ ਬਹੁਤ ਕੰਪੀਟੀਸ਼ਨ ਹੋ ਰਿਹਾ ਕਿ ਉਹਨੇ 500 ਕਰੋੜ ਕਮਾ ਲਿਆ ਤੇ ਮੈਂ ਅੱਜ 8 ਕਰੋੜ ਕਿਉਂ ਨਾ ਕਮਾਵਾਂ। ਓਕੇ, ਭ੍ਰਿਸ਼ਟਾਚਾਰ ਇਸੇ ਕਰਕੇ ਸਾਡੇ ਦੇਸ਼ 'ਚ ਵੱਧਦਾ ਜਾ ਰਿਹਾ। ਬਾਕੀ ਮੈਂ ਅਵਤਾਰ ਸਿੰਘ ਜੀ ਹਰ ਗੱਲ ਤੋਂ ਸਹਿਮਤ ਹੈਗਾ ਵਾਂ, ਬਹੁਤ ਅੱਛਾ ਉਹਨਾਂ ਨੇ ਤਰੀਕਿਆਂ ਦੱਸਿਆ। ਮਿਹਰਬਾਨੀ ਕੇਸ਼ਵ ਜੀ, ਬਹੁਤ ਮਿਹਰਬਾਨੀ। ਮੀਨਵਾਇਲ ਹਰਪ੍ਰੀਤ ਬਾਜਵਾ, ਬਲਦੇਵ ਸਿੰਘ ਹੰਸਰਾ, ਅਮਨ ਹੁੰਡਲ, ਰੋਮੀ ਫਨਗ੍ਰਹਿ, ਇਹ ਵੀ ਸਾਡੇ ਨਾਲ ਨੇ, ਔਰ ਨਾਲ ਸਾਡੇ ਨਾਲ ਨੇ ਬਲਵਿੰਦਰ ਸਿੰਘ ਚੀਚਾ। ਚੀਚਾ ਮੇਰੇ ਖਿਆਲ ਪਿੰਡ ਦਾ ਨਾਂ ਲੱਗ ਰਿਹਾ ਮੈਨੂੰ ਉਹਨਾਂ ਦਾ। ਇਹ ਸਾਰੇ ਆਪਣੇ ਆਪਣੇ ਵਿਚਾਰ ਦੇ ਰਹੇ ਆ। ਬਲਦੇਵ ਸਿੰਘ ਦਾ ਖਿਆਲ ਹੈ ਕਿ ਗੁਰਬਾਣੀ ਨੂੰ ਅਸੀਂ ਲੋਕ ਭੁੱਲ ਰਹੇ ਹਾਂ ਔਰ ਇਸੇ ਕਰਕੇ ਇਹਨਾਂ ਪ੍ਰੋਬਲਮਸ ਦੇ ਵਿੱਚ ਫਸੇ ਹਾਂ। ਅਮਨ ਹੁੰਡਲ ਕਹਿ ਰਿਹਾ ਕਿ BSF ਵੀ ਇਨਵੋਲਵਡ ਆ ਇਹ ਪ੍ਰੋਬਲਮ ਦੇ ਵਿੱਚ, ਔਰ ਹਰਪ੍ਰੀਤ ਬਾਜਵਾ ਦਾ ਖਿਆਲ ਹੈ ਕਿ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹੜੇ ਨਸ਼ਿਆਂ ਨੂੰ ਵੇਚਦੇ ਆ। ਭਾਈ ਸਾਹਿਬ, ਗੋਲੀ ਤਾਂ ਨਹੀਂ ਮਾਰ ਸਕਦੇ ਪਰ ਇਹਨਾਂ ਨੂੰ ਜੇਲ੍ਹ ਦੇ ਵਿੱਚ ਜ਼ਰੂਰ ਅੰਦਰ ਬੰਦ ਕੀਤਾ ਜਾ ਸਕਦਾ। ਬਲਦੇਵ ਕ੍ਰਿਸ਼ਨ ਸ਼ਰਮਾ ਵੀ ਇਸ ਵੇਲੇ ਸਾਡੇ ਨਾਲ ਨੇ। ਉਹਨਾਂ ਦੀ ਗੱਲ ਥੋੜ੍ਹੀ ਜਿਹੀ ਲੰਬੀ ਆ, ਸ਼ਾਇਦ ਮੈਂ ਜੋ ਪੜ੍ਹਨ ਲੱਗ ਪਿਆ ਫਿਰ ਸਮਾਂ ਫਿਰ ਇੰਨਾ ਇਜਾਜ਼ਤ ਨਹੀਂ ਦਿੰਦਾ। ਮੈਂ ਉਹਨਾਂ ਦੇ ਵਿਚਾਰ ਜਿਹੜੇ ਤੁਹਾਡੇ ਨਾਲ ਕੱਲ੍ਹ ਜ਼ਰੂਰ ਸਾਂਝੇ ਕਰੂੰਗਾ। ਇਨਫੈਕਟ ਬੇਸਿਕਲੀ ਉਹ ਕਹਿਣਾ ਚਾਹੁੰਦੇ ਆ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਗਵਰਨਮੈਂਟ ਜਿਹੜੀਆਂ ਵਾ ਉਹ ਖੇਡਾਂ ਕਿਉਂ ਨਹੀਂ ਸ਼ੁਰੂ ਕਰਦੇ। ਬਿਲਕੁਲ ਸਹੀ ਕਿਹਾ ਉਹਨਾਂ ਨੇ ਕਿ ਖੇਡਾਂ ਕਰਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ। ਮੀਨਵੈਲ ਅਮਰਦੀਪ ਸਿੰਘ ਸਾਡੇ ਨਾਲ ਜੁੜ ਗਿਆ, ਇੱਕ ਹੋਰ ਕਾਲ ਲੈ ਕੇ ਫਿਰ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜਿੰਦੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਸੁਖਵੰਤ ਸਿੰਘ ਕਿੰਗਰਾ ਬੋਲਦਾ ਜੀ, ਵਿਨੀਪੈਗ ਤੋਂ ਜੀ। ਹਾਂਜੀ ਸੁਖਵੰਤ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ, ਥੋੜ੍ਹਾ ਸੰਖੇਪ 'ਚ ਕਿਉਂਕਿ ਸਮਾਂ ਥੋੜ੍ਹਾ ਆਪਣੇ ਕੋਲ। ਹਾਂਜੀ, ਇਹ ਸਿੱਧੂ ਸਾਹਿਬ ਮੈਂ ਇਹ ਕਹਿੰਦਾ ਵੀ ਜਿਹੜੇ ਨਸ਼ੇ ਹੈ ਨਾ ਜੀ, ਇਹ ਕੋਈ ਬੰਦਾ ਜਿਹੜਾ ਨਸ਼ੇ 'ਤੇ ਲੱਗਦਾ ਉਹਦੀ ਪਹਿਲਾਂ ਵਿਲ ਪਾਵਰ ਆਪਦੀ ਸਟਰੋਂਗ ਨਹੀਂ ਹੁੰਦੀ, ਇਸ ਕਰਕੇ ਉਹ ਜੇ ਉਹ ਨਸ਼ੇ ਵੱਲ ਖਿੱਚਿਆ ਜਾਂਦਾ ਜੀ। ਜੇ ਤੁਹਾਡੀ ਵਿਲ ਪਾਵਰ ਸਟਰੋਂਗ ਹੋਊਗੀ ਤੁਸੀਂ ਕਦੇ ਵੀ ਨਸ਼ੇ ਵੱਲ ਨਹੀਂ ਜਾਓਗੇ। ਮੇਰੀ ਆਪਦੀ 55 ਸਾਲ ਦੀ ਉਮਰ ਹੋ ਗਈ, ਅੱਜ ਤੱਕ ਨੋਟ ਈਵਨ ਸਿੰਗਲ ਡਰੋਪ ਕੋਈ ਅਤੇ ਕੋਈ ਨਸ਼ਾ ਨਹੀਂ ਕਰਕੇ ਵੇਖਿਆ। ਠੀਕ ਹੈ ਜੀ, ਇਹ ਤੁਹਾਡੇ 'ਤੇ ਡਿਪੈਂਡ ਹੁੰਦਾ। ਨੰਬਰ 2, ਜਿਹੜੀ ਇਹ ਸਰਕਾਰਾਂ ਇਹਨਾਂ ਨੇ ਤਾਂ ਹੁਣ ਇੱਥੇ ਮਤਲਬ ਕਿ ਮੇਨ ਇਹਨਾਂ ਦਾ ਅਕਾਲੀ ਸਰਕਾਰ ਦਾ ਤਾਂ ਇਹ ਹੈ ਵੀ ਕੁਛ ਵੀ ਹੋ ਜਾਏਗਾ ਆਮ ਆਦਮੀ ਦੀ ਸਰਕਾਰ ਨਹੀਂ ਆਉਣ ਦਿੱਤੀ ਜਾਊਗੀ ਆਵੇ, ਕਿਉਂ ਕਿਉਂਕਿ ਉਹਨਾਂ ਨੇ ਜਿਹੜੇ ਜਥੇਦਾਰਾਂ ਨੂੰ ਇੰਨੀਆਂ ਖੁੱਲ੍ਹਾਂ ਦੇ ਦਿੱਤੀਆਂ, ਇੰਨੇ ਕੁਛ ਕਰ ਦਿੱਤਾ ਅਤੇ ਉਹਨਾਂ ਨੇ ਗਾਂਹ ਸਾਰੇ ਆਪਦੇ ਪ੍ਰਚੂਨ 'ਤੇ ਬੰਦੇ
ਤੇ ਜਿੰਨੀ ਛੇਤੀ ਤੁਹਾਡੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਮਤਲਬ ਉਨੀ ਛੇਤੀ ਪੰਜਾਬ ਦਾ ਕੋਰਟ ਮਗਰੋਂ ਲੈ ਜੂਗਾ। ਮਿਹਰਬਾਨੀ ਮਿਹਰਬਾਨੀ ਤੁਹਾਡੇ ਮੂੰਹ ਕਿਉਂ ਸ਼ੱਕਰ ਜੀ, ਤੁਸੀਂ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਮੀਨਵਾਈਲ ਸਾਡੇ ਨਾਲ ਜੈਸ ਸਿੰਘ ਇਸ ਵੇਲੇ ਜੁੜੇ ਆ, ਹਰਦੇਵ ਸਿੰਘ ਅਤਵਾਲ ਜੁੜੇ ਆ, ਹਰਪਾਲ ਸੈਣੀ ਵੀ ਜੁੜੇ ਆ, ਮਨਪ੍ਰੀਤ ਗਿੱਲ ਜਿਹੜੇ ਆ ਉਹ ਵੀ ਸਾਡੇ ਨਾਲ ਨੇ। ਮਨਪ੍ਰੀਤ ਗਿੱਲ ਦਾ ਕਹਿਣਾ ਕਿ ਇਹ ਲੀਡਰਾਂ ਦਾ ਕੰਮ ਆ, ਜਿਹੜਾ ਕਹਿ ਰਿਹਾ ਕਿ ਜਿਹੜੇ ਨਸ਼ੇ ਜੇ ਵੇਖ ਰਿਹਾ ਅਤੇ ਇਹ ਲੀਡਰਾਂ ਕਰਕੇ ਹੀ ਨੇ। ਹਰਭਜਨ ਸਿੰਘ ਮਾਨ ਵੀ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਦੇ ਪ੍ਰੋਗਰਾਮ ਦੀ ਤਾਰੀਫ ਕੀਤੀ। ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਖਤਮ ਹੋ ਰਿਹਾ, ਵੈਸੇ ਤਾਂ ਮੇਰਾ ਜੀ ਕਰਦਾ ਕਿ ਇਸੇ ਤਰ੍ਹਾਂ ਹੀ ਆਪਾਂ ਗੁਫ਼ਤਗੂ ਕਰਦੇ ਰਹੀਏ, ਪਰ ਕਿਉਂਕਿ ਸਮਾਂ ਖਤਮ ਹੋ ਰਿਹਾ ਇਹ ਗੁਫ਼ਤਗੂ ਹੋਰ ਨਹੀਂ ਚੱਲ ਸਕਦੀ। ਸੋ ਅੱਜ ਇੰਨਾ ਹੀ, ਹੁਣ ਆਪਾਂ ਕੱਲ੍ਹ ਮਿਲਾਂਗੇ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।